ਡਾਕਟਰ ਸਾਹਿਬ ਵੱਲੋਂ ਘਰ ਦੇ ਵਿੱਚ ਹੀ ਅਜਿਹੇ-ਜਿਹੇ ਬੂਟੇ ਲਗਾਏ ਗਏ ਨੇ ਜਿਹੜੇ ਲੋਕਾਂ ਨੇ ਅੱਜ ਤੱਕ ਦੇਖੇ ਵੀ ਨਹੀਂ ਹੋਣਗੇ। ਇਹ ਜਿਹੇ ਵੀ ਪੇਸ਼ੈਂਟ ਨੇ ਜਿਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਹੋਇਆ ਸੀ। ਬਸ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਪੇਸ਼ੈਂਟ ਪਹਿਲੀ ਗੱਲ ਤਾਂ ਟਰੀਟਮੈਂਟ ਨੂੰ ਸਮਝੇ, ਇਲਾਜ ਨੂੰ ਸਮਝੇ, ਆਪਣੇ ਖਾਣ-ਪੀਣ ਦੀ ਜਿਹੜੀ ਸਥਿਤੀ ਹੈ ਉਹਨੂੰ ਸਮਝੇ। ਬੜੇ ਪੇਸ਼ੈਂਟ ਕੈਂਸਰ ਦੇ ਵੀ ਠੀਕ ਹੋਏ ਨੇ। ਪੁਰਾਣਾ ਕਿਸੇ ਦਾ ਕੰਟਰੋਲ ਦਾ ਹੈ। ਕਿਆ ਥੈਰਾ ਯਕੀਨ ਦੇ ਬੱਚਾ ਨਹੀਂ ਹੁੰਦਾ ਤੇ ਜਿਹੜੀ ਆਪਣੇ ਸਰੀਰ ਡੈੱਡ ਹੋ ਜਾਂਦੇ ਸਰੀਰ ਦੇ ਸੈੱਲ ਜਿਹੜੇ ਡੈੱਡ ਹੋ ਜਾਂਦੇ ਨੇ ਉਹਨਾਂ ਨੂੰ ਬੜੀ ਛੇਤੀ ਐਕਟਿਵ ਕਰਦੇ ਇਸ ਸਰੀਰ 'ਚ ਜੋ ਵੀ ਆਪਾਂ ਗਰਹਿਣ ਕਰਦੇ ਆਂ ਜੇ ਉਹ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਫਿਰ ਆਪਣੇ ਵਾਸਤੇ ਖਤਰਨਾਕ ਦਾ ਕੈਂਸਰ ਵੀ ਤਾਂ ਹੀ ਹੋ ਸਕਦਾ ਹੈ ਫਿਰ ਲੀਵਰ ਵੀ ਤਾਂ ਹੀ ਡੈਡ ਹੋ ਸਕਦਾ ਹੈ ਪਾਚਣ ਗਿਨੇ ਵੀ ਖਰਾਬ ਹੋ ਸਕਦੇ ਪਤਾ ਨਹੀਂ ਕਿੰਨੀ ਕੁ ਮਾਰੀ ਹੋ ਸਕਦਾ ਅਸੀਂ ਉਨੀ ਕੁ ਕਰਦੇ ਆਂ ਇੱਕ ਅਸੀਂ ਅੱਖਾਂ ਦੀ ਦਵਾਈ ਫ੍ਰੀ ਦਿੰਨੇ ਆ ਵੀ ਅੱਖਾਂ 'ਚ ਪਾਓ ਅੱਖਾਂ ਤੰਦਰੁਸਤ ਰਹਿਣਗੀਆਂ ਮੋਤੀ ਆ ਜਿਹੜਾ ਹੁੰਦਾ ਕਾਲਾ ਮੋਤੀ ਜਿੱਟਾ ਮੋਤੀ ਹੋਊਗਾ ਨਹੀਂ ਅਲਰਜੀ ਨਹੀਂ ਕਿਸੇ ਕਿਸਮ ਦੀ ਹੋਊਗੀ ਬੱਦੀ ਬਾਵਸਿਲ ਕਿਸੇ ਨੂੰ ਹੋਵੇ ਤਾਂ ਟੋਟਲੀ ਦਵਾਈ ਸਾਡੀ 3 ਮਹੀਨੇ ਦੀ ਦਵਾਈ ਹੁੰਦੀ ਹੈ ਫ੍ਰੀ ਦਿੰਦੇ ਆਂ ਸੀ ਬਿਲਕੁਲ ਫ੍ਰੀ ਦਿੰਦੇ ਆਂ ਜਸਟ ਵੀ ਦੇਖ ਰਹੇ तमाम ਦਰਸ਼ਕਾਂ ਨੂੰ ਸਾਸਰੇ ਕਾਲ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਸੁਖਿੰਦਰ ਸਿੰਘ ਤੇ ਜਿਹੜੀ ਲੋਕੇਸ਼ਨ ਤੁਸੀਂ ਇਸ ਟਾਈਮ ਮੇਰੇ ਪਿੱਛੇ ਦੇਖ ਰਹੇ ਹੋ ਇਹ ਜੈ ਸਿੰਘ ਵਾਲਾ ਪਿੰਡ ਦੇ ਵਿੱਚ ਮੌਜੂਦ ਇੱਕ ਆਯੁਰਵੈਦਿਕ ਹਸਪੀਟਲ ਕਲੀਨਿਕ ਹੈ। ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ। ਵੇਖਣ ਚ ਇੱਕ ਘਰ ਲੱਗ ਰਿਹਾ ਪਰ ਇਹ ਇੱਕ ਹਸਪੀਟਲ ਤੇ ਇੱਕ ਕਲੀਨਿਕ ਹੈ। ਇੱਥੇ ਅਜਹੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਦੇ ਨਾਲ ਨਹੀਂ ਠੀਕ ਹੁੰਦੀਆਂ। ਅੰਗਰੇਜ਼ੀ ਡਾਕਟਰਾਂ ਤੋਂ ਨਹੀਂ ਠੀਕ ਹੁੰਦੀਆਂ। ਜਿਹੜੇ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਵੀ ਮਰੀਜ਼ ਇੱਥੋਂ ਠੀਕ ਹੋਏ ਨੇ। ਮੈਨੂੰ ਵੀ ਯਕੀਨ ਨਹੀਂ ਹੋਇਆ ਕਾਫੀ ਅਜਹੀਆਂ ਬਿਮਾਰੀਆਂ ਜਿਹੜੇ ਮੈਂ ਨਾਮ ਕਦੀ ਸੁਨੇ ਵੀ ਨਹੀਂ ਹੈ। ਉਹ ਨਾਮ ਸੁਣ ਕੇ ਅੱਜ ਮੈਂ ਇੱਥੇ ਆਇਆ ਮੈਂ ਦੇਖਣਾ ਚਾਹਣਾ ਕਿ ਸੱਚ ਹੈ ਜੋ ਵੀ ਕਿ ਜੋ ਇਹ ਹੋ ਰਿਹਾ ਕਿਸੇ ਨਾਲ ਸਕੈਮ ਤਾਂ ਨਹੀਂ ਹੋ ਰਿਹਾ ਲੋਕ ਆਪਣੇ ਲਈ ਆਪਣੇ ਫਾਇਦੇ ਲਈ ਕਿਸੇ ਦੀਆਂ ਜਾਨਾਂ ਨਾਲ ਖਲਵਾੜਤਾ ਨਹੀਂ ਕਰ ਰਹੇ ਤੇ ਆਓ ਤੁਹਾਡੇ ਵੀ ਰੂਬਰੂ ਕਰਵਾਵਾਂਗੇ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦੇ ਨਾਲ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਹੈ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹਨਾਂ ਦੇ ਜਦੋਂ ਮੈਂ ਅੰਦਰ ਇੰਟਰ ਹੋਇਆ ਵਾਂ ਅਜਿਹੇ ਅਜਿਹੇ ਦਰਖਤ ਲੱਗੇ ਨੇ ਉਹਨਾਂ ਦੇ ਨਾਮ ਹੱਡ ਜੋੜ ਗਲੋ ਕਈ ਤਰ੍ਹਾਂ ਦੇ ਹੋਰ ਦਰਖਤ ਕਹਿ ਲਓ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਦਰਖਤ ਇੰਨੇ ਲੱਗੇ ਹੋਏ ਨੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਬੋਰਡ ਵੀ ਲਗਾਏ ਹੋਏ ਨੇ ਨਾਮ ਲਿਖ ਕੇ ਕਿ ਕਿਹੜਾ ਦਰਖਤ ਦਾ ਕੀ ਨਾਮ ਹੈ ਤੇ ਕਿਸ ਰੋਗ ਲਈ ਵਰਤਿਆ ਜਾਂਦਾ ਹੈ ਇੱਥੇ ਆ ਕੇ ਦੇਖ ਕੇ ਮੈਂ ਵੀ ਹੈਰਾਨ ਹਾਂ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਹੈ ਤੇ ਕਿਹੜੀਆਂ ਬਿਮਾਰੀਆਂ ਜਿਹੜੀਆਂ ਹੁਣ ਤੱਕ ਲੋਕਾਂ ਦੇ ਵਿੱਚ ਜਿਆਦਾ ਦੇਖਣ ਨੂੰ ਮਿਲੀਆਂ ਨੇ ਤੇ ਕੀ ਕਾਰਨ ਹੈ ਅੱਜ ਤੱਕ ਜਿਹੜੇ ਇੱਕ ਕੈਂਸਰ ਵਰਗੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦੇ ਪਿੱਛੇ ਵੀ ਕੀ ਕਾਰਨ ਹੈ ਆਜੋ ਗੱਲਬਾਤ ਕਰਾਂ ਕਿ ਜੈ ਸਿੰਘ ਵਾਲਾ ਦੇ ਵਿੱਚ ਡ੍ਰੀਮ ਹੈਲਥ ਆਯੁਰਵੇਦਾ ਜਿਵੇਂ ਕਿ ਅੱਜ ਕੱਲ ਆਪਾਂ ਮੰਨ ਲੈਂਦੇ ਆ ਕਿ ਆਯੁਰਵੈਦਿਕ ਜਿਹੜੀ ਇੱਕ ਮੈਡੀਸਿਨ ਨੂੰ ਬਹੁਤ ਜ਼ਿਆਦਾ ਹੀ ਕਹ ਲੋ ਲੋਕਾਂ ਵੱਲੋਂ ਨਿਖੇੜਿਆ ਵੀ ਜਾਂਦਾ ਹੈ ਕਿ ਆਯੁਰਵੈਦਿਕ ਨਹੀਂ ਜੀ ਕੋਈ ਦੁੱਖ ਤਕਲੀਫ ਹੈ ਅੰਗਰੇਜ਼ੀ ਦਵਾਈ ਲੋ ਉਹਦੇ ਨਾਲ ਜਲਦੀ ਫਰਕ ਪੈਂਦਾ ਪਰ ਇਹ ਅਜੇਹੇ ਪਿੰਡ ਦੇ ਵਿੱਚ ਕਹ ਲੋ ਕਿ ਹਰ ਤਰ੍ਹਾਂ ਦੇ ਬੂਟਿਆਂ ਦੇ ਨਾਲ ਦਵਾਈ ਤਿਆਰ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਓਗੇ ਕਿ ਇਹ ਡਾਕਟਰ ਸਾਹਿਬ ਵੱਲੋਂ ਘਰ ਦੇ ਵਿੱਚ ਹੀ ਅਜੇਹੇ ਜਿਹੇ ਬੂਟੇ ਲਗਾਏ ਗਏ ਨੇ ਜਿਹੜੇ ਲੋਕਾਂ ਨੇ ਅਜੇ ਤੱਕ ਦੇਖੇ ਵੀ ਨਹੀਂ ਹੋਣਗੇ ਤੋ ਨਾ ਹੀ ਬੂਟਿਆਂ ਦਾ ਦਵਾਈਆਂ ਵੀ ਤਿਆਰ ਹੁੰਦੀਆਂ ਨੇ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਪਾਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਟੀਵੀ ਚੈਨਲ ਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਦੇ ਜੀ ਪਾਜੀ ਇੱਕ ਨਾ ਬੰਦੇ ਦੇ ਮਨ ਨੂੰ ਜਿਵੇਂ ਕਹਿ ਲਓ ਕਿ ਇੱਕ ਚੋਰਾ ਜਿਹਾ ਲੱਗਾ ਰਹਿੰਦਾ ਹੈ ਹਨਾ ਕਈ ਲੋਕ ਐਜੇ ਨੇ ਤੇ ਉਸ ਉਸੇ ਤਰ੍ਹਾਂ ਹੀ ਮੇਰੇ ਮਨ ਨੂੰ ਵੀ ਹੋਇਆ ਕਿ ਤੁਸੀਂ ਇੰਨੀਆਂ ਪ੍ਰਾਣੀਆਂ ਬਿਮਾਰੀਆਂ ਦਾ ਇਲਾਜ ਗਰੰਟੀ ਸ਼ੂਦਾ ਕਰਦੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਦੇਖੋ ਜਿਹੜਾ ਐਰੋਵੈਦਿਕ ਆ ਇੱਕ ਬਹੁਤ بڑا ਜਿਹਨੂੰ ਕਹਿੰਦੇ ਸਮਦਰ ਆ ਜੀ ਇਹਦੇ ਵਿੱਚ ਅਸੰਭਵ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਵੀ ਬੜੇ ਜਿਹਨੂੰ ਕਹਿੰਦੇ ਵਿਸ਼ਵਾਸ ਨਾਲ ਕੀਤੇ ਜਾ ਸਕਦੇ ਨੇ ਬਾਕੀ ਡਿਪੈਂਡ ਹੁੰਦਾ ਪੇਸ਼ੈਂਟ ਕਿਵੇਂ ਟਰੀਟ ਟ੍ਰੀਟਮੈਂਟ ਕਰਾਉਂਦਾ ਹੈ ਤੇ ਕਿਵੇਂ ਉਹਦਾ ਜਿਹੜਾ ਖਾਣ ਪੀਣਾ ਰਹਿਣ ਸਣ ਕਿਵੇਂ ਆ ਉਸ ਆਧਾਰ ਤੇ ਮਤਲਬ ਹਰੇਕ ਜਿਹੜੀ ਬਿਮਾਰੀ ਆ ਉਹਦਾ ਇਲਾਜ ਬੜਾ ਜਿਹਨੂੰ ਕਹਿੰਦੇ ਸੰਭਵ ਆ ਐਰੋਵੈਦ ਵਿੱਚ ਠੀਕ ਹੈ ਤੇ ਕਿੰਨੇ ਟਾਈਮ ਤੋਂ ਵੈਸੇ ਤੁਸੀਂ ਜਿਹੜੀ ਪ੍ਰੈਕਟਿਸ ਕਰ ਰਹੇ ਹੋ ਲਗਭਗ ਜੀ ਮੈਨੂੰ ਹੋ ਗਏ 25 ਸਾਲ ਦੀ 25 ਸਾਲ ਹੋ ਗਏ ਤੇ ਇੱਕ ਚੀਜ਼ ਜਿਵੇਂ ਤੁਸੀਂ ਦੱਸਿਆ ਕਿ ਆਯੁਰਵੇਦਿਕ ਦੇ ਵਿੱਚ ਹਰ ਉਸ ਤਰ੍ਹਾਂ ਦੀ ਬਿਮਾਰੀ ਕਿ ਜਿਹੜੀ ਵੱਡੇ ਵੱਡੇ ਡਾਕਟਰਾਂ ਨਾਲੋਂ ਵੀ ਜਵਾਬ ਦੇ ਦਿੱਤਾ ਜਾਂਦਾ ਜਿਵੇਂ ਲਾ ਲੋ ਕੈਂਸਰ ਹੋ ਗਈ ਚਲੋ ਐਚ ਆਈ ਵੀ ਦਾ ਤਾਂ ਇਲਾਜ ਨਹੀਂ ਹੈ ਠੀਕ ਹੈ ਹੋਰ ਕਈ ਬਿਮਾਰੀਆਂ ਜਿਵੇਂ ਗਠੀਆ ਥਾਇਰਾਇਡ ਅੱਜ ਤੱਕ ਕਾਫੀ ਜਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਲੇਡੀਜ਼ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛੂੰਗਾ ਕਿ ਤੁਸੀਂ 25 ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ ਤੇ ਹੁਣ ਤੱਕ ਕਿੰਨੇ ਪੇਸ਼ੈਂਟ ਤੁਹਾਡੇ ਕੋਲ ਠੀਕ ਹੋ ਚੁੱਕੇ ਨੇ ਪੇਸ਼ੈਂਟ ਦੇ ਦੇਖੋ ਪੇਸ਼ੈਂਟ ਦੀ ਕੋਈ ਗਿਣਤੀ ਨਹੀਂ ਹੁੰਦੀ ਬੜੇ ਪੇਸ਼ੈਂਟ ਠੀਕ ਹੋਏ ਨੇ ਉਹਨਾਂ ਵਿੱਚ ਕਈ ਇਹੋ ਜਿਹੇ ਵੀ ਪੇਸ਼ੈਂਟ ਨੇ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਹੋਇਆ ਸੀ ਬਸ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਪੇਸ਼ੈਂਟ ਪਹਿਲੀ ਗੱਲ ਤਾਂ ਟਰੀਟਮੈਂਟ ਨੂੰ ਸਮਝੇ ਇਲਾਜ ਨੂੰ ਸਮਝੇ ਆਪਣੇ ਖਾਣ ਪੀਣ ਦੀ ਜਿਹੜੀ ਸਥਿਤੀ ਆ ਉਹਨੂੰ ਸਮਝੇ ਉਸ ਹਿਸਾਬ ਨਾਲ ਮੈਂ ਸਮਝੋ ਵੀ ਅਸੀਂ ਜਿਹੜੇ ਇਲਾਜ ਮੇਨ ਸਾਡੇ ਹੈਗੇ ਜਿਵੇਂ ਕੈਂਸਰ ਹੋਇਆ ਬੜੇ ਪੇਸ਼ੈਂਟ ਕੈਂਸਰ ਦੇ ਵੀ ਠੀਕ ਹੋਏ ਨੇ ਪੁਰਾਣਾ ਕਿਸੇ ਦਾ ਕੰਟਰੋਲਦਾ ਹੈ ਜਾਂ ਥਾਇਰੋਇਡ ਆ ਜਾਂ ਕਿਸੇ ਦੇ ਬੱਚਾ ਨਹੀਂ ਹੁੰਦਾ ਮਤਲਬ ਪੇਸ਼ੈਂਟ ਕਈ ਤਰ੍ਹਾਂ ਦੇ ਆਪਣੇ ਠੀਕ ਕੀਤੇ ਨੇ ਜਿਨ੍ਹਾਂ ਦਾ ਆਪਾਂ ਨੇ ਸਫਲ ਇਲਾਜ ਕੀਤਾ ਤੇ ਮੇਰੇ ਕੋਲੇ ਲਿਸਟ ਇਸ ਟਾਈਮ ਪਈ ਹੈ ਜਿਦੇ ਵਿੱਚ ਤੁਸੀਂ ਕਾਫੀ ਬਿਮਾਰੀਆਂ ਦੇ ਨਾਮ ਲਿਖੇ ਨੇ ਆਪਾਂ ਸਟਾਰਟਿੰਗ ਕਰਾਂਗੇ ਪੁਰਾਣਾ ਕੰਨ ਡੁੱਲਣ ਤੋਂ ਜੀ ਇਦੇ ਪਿੱਛੇ ਕਈ ਲੋਕ ਅਜਿਹੇ ਨੇ ਘਰ ਦੇ ਦੇਸੀ ਨੁਕਤੇ ਵਰਤਦੇ ਨੇ ਕਦੀ ਲਸਣ ਸਾੜ ਕੇ ਪਾ ਦਿੰਦੇ ਨੇ ਕੰਨ ਦੇ ਵਿੱਚ ਕਦੀ ਕਹਿ ਦਿੰਦੇ ਬੱਚੇ ਦਾ ਪਿਸ਼ਾਬ ਕਰਵਾ ਲਓ ਇਹ ਵੀ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਕਈ ਅਜਿਹੇ ਅਜਿਹੇ ਤਰੀਕੇ ਨੇ ਪਰ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਤਰੀਕੇ ਸਹੀ ਨੇ ਜਿਹੜੇ ਲੋਕ ਘਰਾਂ ਦੇ ਵਿੱਚ ਵਰਤਦੇ ਨੇ ਦੇਖੋ ਸ਼ਿਮੇ ਸੋਸ਼ਲ ਮੀਡੀਆ ਤੇ ਅੱਜਕੱਲ ਕਿੰਨੇ ਪ੍ਰਚਾਰ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਨੁਸਕੇ ਦੱਸੇ ਜਾਂਦੇ ਨੇ ਪਰ ਜਿਹੜੀ ਆਪਣੀ ਇੱਕ ਸੋਚਣੀ ਆ ਜੋ ਪੜ੍ਹੇ ਲਿਖਿਆ ਵਰਗਾ ਉਹ ਸੋਚਦਾ ਇਹ ਗੱਲ ਨੂੰ ਵੀ ਕਿਸੇ ਵੀ ਮਿਲਵਤ ਜਿਹਦ ਨੁਸਖਾ ਚਾਹੇ ਦਵਾਈ ਆ ਬਿਨਾ ਡਾਕਟਰ ਦੀ ਦੇਖ ਰੱਖ ਵਿੱਚ ਨਹੀਂ ਵਰਤਣਾ ਚਾਹੀਦਾ ਹੁਣ ਮੈਨੂੰ ਮੰਨ ਕੇ ਚਲੋ ਵੀ ਕੰਨ ਵਿੱਚ ਤੁਹਾਡੇ ਪੜਦਾ ਫਟਿਆ ਹੋਇਆ ਉਹਦੇ ਵਿੱਚ ਜਦੋਂ ਛੇਦ ਹੋ ਜਾਂਦਾ ਹੈ ਉੱਥੇ ਤੁਸੀਂ ਕੋਈ ਦਵਾਈ ਪਾ ਦਿੰਦੇ ਆ ਨੁਕਸਾਨ ਆ ਨਾ ਨੁਕਸਾਨ ਹੈ ਹੁਣ ਦਵਾਈ ਤਾਂ ਨੁਸਖੇ ਤੇ ਚਲੋ ਮੰਨੇ ਪਰ ਮੰਨੇ ਹੈਗੇ ਨੇ ਪਰ ਬਿਨਾ ਡਾਕਟਰ ਦੇ ਰਹਿ ਤੋ ਆਪਾਂ ਨੂੰ ਕੋਈ ਵੀ ਫਾਰਮੂਲਾ ਵਰਤਣਾ ਨਹੀਂ ਚਾਹੀਦਾ ਖਾਸ ਕਰਕੇ ਜਦੋਂ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਏ ਕੰਨਾਂ ਚ ਪਰ ਜਿਹੜੀ ਸਾਡੀ ਦਵਾਈ ਆ ਸਾਡੀ ਸਾਡੀ ਦਵਾਈ ਆ ਅਸੀਂ ਮਿਲਕ ਕਈ ਜੜੀ ਬੂਟੀਆਂ ਦੇ ਅਰਕ ਤੇ ਕਈ ਜੜੀ ਬੂਟੀਆਂ ਦੇ ਵਿੱਚ ਜਿਹਨੂੰ ਕਹਿੰਦੇ ਵੀ ਹਾਈ ਲੈਵਲ ਦੀਆਂ ਜੜੀ ਬੂਟੀਆਂ ਨੇ ਉਹਨਾਂ ਰਾਹੀਂ ਅਸੀਂ ਇੱਕ ਜੜੀ ਦਵਾਈ ਤਿਆਰ ਕਰਦੇ ਹਾਂ ਉਹਦੇ ਨਾਲ ਲਗਭਗ ਪੁਰਾਣੇ ਤੋਂ ਪੁਰਾਣਾ ਜਿਹੜਾ ਕੰਨ ਦਾ ਕੰਨ ਡੁੱਲਦੇ ਨੇ ਕੰਨ ਦਰਦ ਕਰਦੇ ਨੇ ਇਹ ਬਹੁਤ ਵਧੀਆ ਤਰੀਕੇ ਨਾਲ 3 ਮਹੀਨਿਆਂ ਦੇ ਵਿੱਚ ਰਿਕਵਰੀ ਹੋ ਜਾਂਦੀ ਹੈ ਜੀ ਉਹਦੀ ਕਈ ਵਾਰ ਲੋਕ ਇਹ ਵੀ ਕਹਿੰਦੇ ਨੇ ਆਯੁਰਵੈਦਿਕ ਦੀ ਦਵਾਈ ਮਹਿੰਗੀ ਬਹੁਤ ਮਿਲਦੀ ਹੈ ਕੀ ਇਹ ਸੱਚ ਹੈ ਕਿ ਆਯੁਰਵੈਦਿਕ ਮਹਿੰਗੀ ਹੈ ਦੇਖੋ ਮਹਿੰਗੀ ਕੀ ਆ ਜਿਵੇਂ ਭਸਮਾਂ ਹੋਈਆਂ ਭਸਮਾਂ ਮਹਿੰਗੀਆਂ ਨੇ ਸਵਰਨ ਭਸਮ ਹੋਇਆ ਚਾਂਦੀ ਭਸਮ ਹੀਰਾ ਭਸਮ ਦੇਖੋ ਅੱਜਕੱਲ ਜਿਹੜਾ ਸਮਾਜ ਆ ਅਸੀਂ ਕੀ ਕਰਦੇ ਆ ਪੇਸ਼ੈਂਟ ਨੂੰ ਮਤਲਬ ਆਈਡੀਆ ਲੈ ਲੈਂਦੇ ਵੀ ਹੁਣ ਪੇਸ਼ੈਂਟ ਵਿਚਾਰਾ ਇੰਨੇ ਜੋਗਾ ਹੈ ਨਹੀਂ ਜੇ ਉਹਦਾ ਸਸਤੇ ਟਾਂਗ ਨਾਲ ਇਲਾਜ ਕੀਤਾ ਜਾਂਦਾ ਤਾਂ ਸਸਤੇ ਨਾਲ ਹੋ ਜਾਂਦਾ ਬਹੁਤ ਇਹੋ ਜਿਹੇ ਇਲਾਜ ਨੇ ਜਿਹੜੇ ਸਸਤੇ ਵੀ ਹੋ ਜਾਂਦੇ ਨੇ ਪਰ ਮਹਿੰਗੀ ਤਾਂ ਉਥੋਂ ਉਦੋਂ ਹੋਊਗੀ ਦਵਾਈ ਜਦੋਂ ਭਸਮਾ ਵੱਲ ਆਪਾਂ ਜਾਵਾਂਗੇ ਪਰ ਜੜੀ ਬੁੱਟੀਆਂ ਵਿੱਚ ਇਲਾਜ ਸਸਤੇ ਵੀ ਹੈਗੇ ਇੱਕ ਗਲਤ ਫਹਿਮੀ ਆਪਾਂ ਚ ਹਾਂਜੀ ਤੇ ਆਪਾਂ ਦੂਸਰੀ ਬਿਮਾਰੀ ਦਾ ਨਾਮ ਲੈਨੇ ਆ ਚਲੋ ਜਿਵੇਂ ਅੱਜ ਤੱਕ ਤੁਸੀਂ ਪੁਰਾਣੇ ਕੰਨ ਦਾ ਦੱਸਿਆ ਇਲਾਜ ਹਨਾ ਇੱਕ ਕਾਲਾ ਪੀਲੀਆ ਕਾਫੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਲੋਕ ਜਾ ਰਹੇ ਨੇ ਬੱਚੇ ਜਾ ਰਹੇ ਨੇ ਉਹਨਾਂ ਦੇ ਮੈਡੀਕਲ ਹੋ ਰਹੇ ਨੇ 6-6 ਮਹੀਨੇ ਉਹਨਾਂ ਨੂੰ ਕਾਲੇ ਪੀਲੇ ਦੀ ਦਵਾਈ ਖਾਣੀ ਪੈ ਰਹੀ ਹੈ ਸਿਰਫ ਇੱਕ ਬਾਾਰ ਜਾਣ ਦੇ ਪਿੱਛੇ ਕਿ ਉਹ 6 ਮਹੀਨੇ ਦਾ ਡਾਕਟਰ ਕਹਿੰਦੇ ਨੇ ਕੋਰਸ ਕਰਨਾ ਪਏਗਾ ਫਿਰ ਤੁਹਾਡਾ ਜਿਹੜਾ ਕਾਲਾ ਪੀਲਾ ਠੀਕ ਹੋਏਗਾ ਤੇ ਕੀ ਇਹ ਸੱਚ ਹੈ ਕਿ ਮਤਲਬ ਆਯੁਰਵੈਦਿਕ ਦੇ ਵਿੱਚ ਇਹਦਾ ਇਲਾਜ ਹੈ ਦੇਖੋ ਜਿਹੜਾ ਆਯੁਰਵੈਦਿਕ ਕੀ ਆ ਜਿਹੜਾ ਕਾਲੇ ਪੀਲੇ ਦਾ ਹੈਪਟਾਈਟਸ B C ਇਹਦਾ ਵਾਇਰਸ ਤਾਂ ਨਹੀਂ ਖਤਮ ਕੀਤਾ ਜਾ ਸਕਦਾ ਪਰ ਰਿਕਵਰੀ ਦੂਜੇ ਨਾਲੋਂ ਜਿਹੜੀ ਜਿਵੇਂ ਐਲੋਪੈਥਿਕ ਦਵਾਈ ਆ ਉਹਦੇ ਨਾਲੋਂ ਬੈਸਟ ਹੈ ਇਹਦੇ ਵਿੱਚ ਸਾਈਡ ਇਫੈਕਟ ਨਹੀਂ ਹੈ ਕੋਈ ਤੇ ਇਲਾਜ ਵੀ ਉਹਨਾਂ ਨਾਲੋਂ ਵਹਿਤਰ ਹੋ ਜਾਂਦਾ ਜੀ ਇਹ ਹੈ ਜੀ ਇਹਦੇ ਵਿੱਚ ਤੇ ਮਤਲਬ ਕਿੰਨੇ ਟਾਈਮ ਚ ਰਿਕਵਰੀ ਕਰ ਦਿੰਦੇ ਜੀ ਰਿਕਵਰੀ ਮੰਨ ਕੇ ਚਲੋ ਵੀ 6 ਮਹੀਨੇ ਦਾ ਆਪਾਂ ਕਹਿੰਦੇ ਆ ਠੀਕ ਹੈ ਜੀ ਕੰਡੀਸ਼ਨ ਦੇਖਣੀ ਪੈਂਦੀ ਹੈ ਵੀ ਲੇਬਰ ਸੁਰਾਈਸਸ ਸੁਰਾਈਸਸ ਤੋਂ ਕਿੰਨੀ ਗੱਲ ਗਈ ਹੋਈ ਜਾਂ ਫੈਟੀ ਲੇਬਰ ਕਿੰਨਾ ਕ ਕਿੰਨਾ ਕ ਹੈਪਟ ਵਧਿਆ ਹੋਇਆ ਕਿੰਨਾ ਕ ਪੁਰਾਣਾ ਉਹ ਉਹ ਆਧਾਰ ਤੇ ਸਾਰੀ ਟਰੀਟਮੈਂਟ ਕੀਤੀ ਜਾਂਦੀ ਹੈ ਹਾਂਜੀ ਤੇ ਇੱਕ ਤੁਸੀਂ ਇਹਦੇ ਵਿੱਚ ਲਿਖਿਆ ਹੋਇਆ ਤਮਾਸਾ ਪਾਊਡਰ ਇਹ ਕੀ ਜਲਵਾ ਤੁਸੀਂ ਬਣਾ ਲਿਆ ਕਿ ਕੈਂਸਰ ਦਾ ਇਲਾਜ ਹੋ ਰਿਹਾ ਇਸ ਪਾਊਡਰ ਦੇ ਨਾਲ ਕਾਫੀ ਪੁਰਾਣਾ ਲਿਖਿਆ ਹੋਇਆ ਹੈਗਾ ਕਾਫੀ ਪੁਰਾਣੀ ਦਵਾਈ ਹੈ ਤੁਹਾਡੀ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਦੇਖੋ ਉਹ ਜਿਹੜਾ ਤਮਾਸਾ ਪਲਾਂਟ ਆ ਜਿੰਨੇ ਵੀ ਦਰਸ਼ਕ ਦੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਧਮਾਸਾ ਇੱਕ ਪਲਾਂਟ ਆ ਜੀ ਇਹ ਜਿਆਦਾਕ ਰਾਜਸਥਾਨ ਚ ਹੁੰਦਾ ਹੈ ਤੇ ਕੰਡੇ ਨੂਮਾ ਜਿਹਨੂੰ ਕਹਿੰਦੇ ਛਾਣੀ ਨੂਮਾ ਇੱਕ ਪੌਦਾ ਇਹ ਤੇ ਇਹਦੇ ਵਿੱਚ ਕੱਲਾ ਕੈਂਸਰ ਨਹੀਂ ਜੀ ਅਨੇਕਾਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ ਇਮਿਊਨਿਟੀ ਲੈਵਲ ਇਹਨਾਂ ਨੂੰ ਵਣ ਜਿਹਨੂੰ ਕਹਿੰਦੇ ਵੱਧ ਹੈ ਤੇ ਜਿਹੜੀ ਆਪਣੇ ਸਰੀਰ ਡੈੱਡ ਹੋ ਜਾਂਦੇ ਸਰੀਰ ਦੇ ਸੈੱਲ ਜਿਹੜੇ ਡੈੱਡ ਹੋ ਜਾਂਦੇ ਨੇ ਉਹਨਾਂ ਨੂੰ ਬੜੀ ਛੇਤੀ ਐਕਟਿਵ ਕਰਦੇ ਇੱਕ ਕੈਂਸਰ ਵਾਸਤੇ ਵਰਦਾਨ ਪਾਉਂਦਾ ਜੀ ਕੈਂਸਰ ਵਾਸਤੇ ਇੱਕ ਵਰਦਾਨ ਪਾਉਂਦਾ ਹੈ ਕੋਈ ਵੀ ਕੈਂਸਰ ਦਾ ਮਰੀਜ਼ ਆ ਉਹਨੂੰ ਆਪਣੀ ਡਾਈਟ ਜਿਹੜੀ ਡਾਈਟ ਦੇ ਮਤਾਬਕ ਚੱਲੋ ਤੇ ਬਾਕੀ ਜਿਵੇਂ ਤਮਾਸਾ ਪਾਊਡਰ ਇਹ ਆ ਜੀ ਠੀਕ ਹੈ ਜੀ ਤੇ ਤਮਾਸਾ ਪਾਊਡਰ ਜਿਹੜਾ ਅਸੀਂ ਬਣਾਇਆ ਉਹ ਆ ਰਾਜਸਥਾਨ ਚੋਂ ਮਿਲ ਪਿਓਰੇ ਇਹ ਜਿਹੜਾ ਪਲਾਂਟ ਮੰਗਾਉਂਦੇ ਆ ਤੇ ਉਹਦੇ ਨੂੰ ਅਸੀਂ ਪਾਊਡਰ ਬਣਾ ਕੇ ਦਿੰਨੇ ਆ ਤੇ ਵੈਸੇ ਵੀ ਜੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਬਠਿੰਡੇ ਵੱਲ ਕੈਂਸਰ ਦਾ ਬਹੁ ਇਨੂੰ ਕਹਿੰਦੇ ਵੀ ਜੋਰ ਆ ਕੈਂਸਰ ਘਰ ਘਰ ਸੁਣਿਆ ਵੀ ਘਰ ਘਰ ਜਿਹੜੇ ਕੈਂਸਰ ਦੇ ਮਰੀਜ਼ ਪਏ ਨੇ ਉਹਨਾਂ ਵਾਸਤੇ ਇੱਕ ਮੈਂ ਇੱਕ ਇਹ ਨੁਸਖੇ ਦੇ ਤੌਰ ਤੇ ਦੱਸਦਾ ਵੀ ਧਮਾਸਾ ਤੁਸੀਂ ਪlant ਜਿਹੜਾ ਹੈਗਾ ਚਾਹੇ ਕੈਂਸਰ ਹੈ ਚਾਹੇ ਨਹੀਂ ਹੈ ਇਹਦਾ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਜ਼ਰੂਰ ਖਾਓ ਤੇ ਜਿਹੜਾ ਤੁਸੀਂ ਪਾਣੀ ਪੀਂਦੇ ਹੋ ਘੜੇ ਚ ਪਾਣੀ ਤੁਸੀਂ ਜਿਹੜਾ ਵਰਤਦੇ ਹੋ ਉਹਦੇ ਵਿੱਚ ਕੀ ਕਰਨਾ 2-3 ਕ ਚਮਚੇ ਧਮਾਸਾ ਪਾਊਡਰ ਦੇ ਪਾ ਦਿਓ ਸ਼ਾਮ ਜਿਵੇਂ ਸ਼ਾਮ ਨੂੰ ਪਾ ਤੇ ਸਵੇਰ ਉਹ ਪਾਣੀ ਪੀਣਯੋਗ ਹੋ ਜਾਂਦੇ ਉਹਦਾ ਪਾਣੀ ਪੀਓ ਕੈਂਸਰ ਤੋਂ ਵਿਚਾਰ ਰਹੂਗਾ ਤੇ ਜਿਹੜਾ ਤਮਾਸਾ ਪਲਾਂਟ ਆ ਕੈਂਸਰ ਨੂੰ ਬਹੁਤ ਰਿਕਵਰੀ ਛੇਤੀ ਹੁੰਦੀ ਆ ਜਿਹੜੇ ਕੈਂਸਰ ਦੇ ਮਰੀਜ਼ ਨੇ ਬਚਣ ਬ੍ਰਾਮ ਨਾਲ ਜਿਹਨਾਂ ਨਾਲ ਬੱਜ ਸਕਦੇ ਨੇ ਜੇ ਉਹ ਤਰੀਕੇ ਨਾਲ ਆਪਣੀ ਡਾਈਟ ਠੀਕ ਰੱਖਦੇ ਨੇ ਤੇ ਨਾਲ ਟਰੀਟਮੈਂਟ ਕਰਾਉਂਦੇ ਨੇ ਵੈਸੇ ਜਿਹੜਾ ਇਹ ਕੈਂਸਰ ਰੋਗ ਹੈ ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ ਇੰਨਾ ਕੈਂਸਰ ਵਧੁੰਦਾ ਦੇਖੋ ਕੈਂਸਰ ਦਾ ਕਾਰਨ ਕੀ ਆ ਆਪਣਾ ਖਾਣਾ ਪੀਣਾ ਬਹੁਤ ਜ਼ਿਆਦਾ ਗਲਤ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਣੇ ਵਾਸਤੇ 버ਗਰ ਕਿੰਨਾ ਖਤਰਨਾਕ ਆ ਆਪ ਨੂੰ ਪਤਾ ਨਹੀਂ ਹੈਗਾ ਵੀ ਆਪਾਂ ਜਿਹੜੇ ਡੇਲੀ ਫਾਸਟ ਫੂਡ ਖਾਂਦੇ ਆ ਉਹ ਕਿੰਨਾ ਖਤਰਨਾਕ ਆ ਆਪਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪਾਣੀ ਪੀਣ ਵਾਲਾ ਉਹ ਸ਼ੁੱਧ ਹੈ ਕਿ ਨਹੀਂ ਸ਼ੁੱਧ ਹੈ ਮੇਨ ਕਾਰਨ ਤਾਂ ਖਾਣ ਪੀਣਾ ਕੈਂਸਰ ਨੂੰ ਜਦੋਂ ਕੋਈ ਕਿਸੇ ਚੀਜ਼ ਨੂੰ ਆਪਾਂ ਗੌਰ ਹੀ ਨਹੀਂ ਕਰਦੇ ਆਪਣੇ ਸਰੀਰ ਚ ਜੋ ਵੀ ਆਪਾਂ ਗਰਹਹਿਣ ਕਰਦੇ ਆਂ ਜੇ ਉਹ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਫਿਰ ਆਪਣੇ ਵਾਸਤੇ ਖਤਰਨਾਕ ਦਾ ਕੈਂਸਰ ਵੀ ਤਾਂ ਹੀ ਹੋ ਸਕਦਾ ਹੈ ਫਿਰ ਲੀਵਰ ਵੀ ਤਾਂ ਹੀ ਡੈਡ ਹੋ ਸਕਦਾ ਪਾਚਣ ਕਿਨੇ ਵੀ ਖਰਾਬ ਹੋ ਸਕਦੇ ਪਤਾ ਨਹੀਂ ਕਿੰਨੀ ਕਮਾਰੀਆਂ ਹੋ ਸਕਦੀਆਂ ਤੇ ਇੱਕ ਚੀਜ਼ ਹੋਰ ਬੜੀ ਦੇਖਣ ਨੂੰ ਮਿਲ ਰਹੀ ਅੱਜ ਕੱਲ ਕਹਿ ਰਹੇ ਨੇ ਕਿ ਸਰਵਾਈਕਲ ਦਾ ਇੱਕ ਧਾਗਾ ਆਂਦਾ ਲੱਕੜ ਆਂਦੀ ਹੈ ਉਹ ਗੱਲ ਚ ਪਾ ਲੋ ਉਹਦੇ ਨਾਲ ਸਰਵਾਈਕਲ ਠੀਕ ਹੋ ਜਾਂਦਾ ਤੇ ਪਰ ਤੁਸੀਂ ਇਸ ਚੀਜ਼ ਤੇ ਯਕੀਨ ਕਰਦੇ ਹੋ ਕਿ ਤੁਹਾਨੂੰ ਆਪਣੀ ਮੈਡੀਸਨ ਤੇ ਯਕੀਨ ਹੈ ਦੇਖੋ ਸਾਨੂੰ ਤਾਂ ਮੈਡੀਸਨ ਤੇ ਯਕੀਨ ਆ ਤੇ ਪਰ ਜਿਹੜੇ ਗ੍ਰੰਥ ਨੇ ਆਯੁਰਵੇਦਿਕ ਵਿੱਚ ਉਹਦੇ ਵਿੱਚ ਕਈ ਜੜੀ ਬੂਟੀਆਂ ਨੇ ਉਹਨਾਂ ਦਾ ਪ੍ਰਭਾਵ ਹੁੰਦਾ ਜਿਵੇਂ ਆਪਾਂ ਰੁਦਰਾਕਸ਼ ਜਿਹੜਾ ਗਲਾਂ ਵਿੱਚ ਪਾਉਂਦੇ ਆ ਉਹਦੇ ਕੁਦਰਤੀ ਪ੍ਰਭਾਵ ਹੁੰਦਾ ਜਿਵੇਂ ਹੁਣ ਨਿੰਮ ਨਿੰਮ ਦੇ ਘੋਟਣ ਨਾਲ ਆਪਾਂ ਜਿਹੜੀ ਚਟਣੀ ਘੋਟਦੇ ਸੀ ਉਹਦਾ ਵੀ ਉਹਦਾ ਪ੍ਰਭਾਵ ਇੱਕ ਪ੍ਰਭਾਵ ਦੇ ਤੌਰ ਤੇ ਬੰਦਾ ਆਪਣੀ ਤਸੱਲੀ ਕਰ ਲੈਂਦਾ ਪਰ ਜਿਹੜੀ ਇਲਾਜ ਆ ਉਹ ਇਲਾਜ ਹੈ ਜੀ ਲਾਜ ਤੋਂ ਬਿਨਾ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇੱਕ ਸਿਰਫ ਲੱਕੜ ਬੰਨਣ ਵਾਲਾ ਜਾਂ ਧਾਗਾ ਬੰਨਣ ਵਾਲਾ ਸਾਰਾ ਕੁਝ ਹੋ ਜਾਊਗਾ ਇਹ ਤਾਂ ਗਲਤ ਹੈ ਜੀ ਫਿਲਹਾਲ ਜਿਹੜੀਆਂ ਤੁਸੀਂ ਇਹ ਮੈਡੀਸਿਨ ਰੱਖੀਆਂ ਹੋਈਆਂ ਨੇ ਛੋਟੇ ਛੋਟੇ ਡ੍ਰੌਪ ਨੇ ਠੀਕ ਹੈ ਜੀ ਤੇ ਵੈਸੇ ਮੈਂ ਇੱਕ ਚੀਜ਼ ਪੁੱਛੂੰਗਾ ਜਿਹੜਾ ਪਾਊਡਰ ਹੈ ਦੀ ਕੀਮਤ ਕੀ ਹੈ ਵੈਸੇ ਜੇ ਕਿਸੇ ਨੇ ਮੰਗਵਾਉਣਾ ਹੋਵੇ ਜਾਂ ਕਿਸੇ ਨੇ ਲੈ ਕੇ ਜਾਣਾ ਹੋਵੇ ਦੀ ਕੀਮਤ ਕੀ ਹੈ ਲਓ ਜੀ ਇਹ ਸਾਰਾ 100 ਗ੍ਰਾਮ ਪਾਊਡਰ ਆ ਇਹ ਲਗਭਗ ਮੰਨ ਕੇ ਚੱਲੋ ਵੀ ਇਹਦਾ ਪ੍ਰਾਈਸ ਅਸੀਂ ਰੱਖਿਆ ਹੈ 400 ਰੁਪਿਆ ਲਗਭਗ ਕਿਉਂਕਿ ਪਿਓਰ ਪਲਾਂਟ ਹੁੰਦਾ ਹੈ ਰਾਜਸਥਾਨ ਤੋਂ ਮੰਗਾਇਆ ਜਾਂਦਾ ਹੈ ਫਿਰ ਇਹਨੂੰ ਪੀਸਿਆ ਜਾਂਦਾ ਕਿਉਂਕਿ ਇਹਦੇ ਵਿੱਚ ਕੰਡਾ ਬਹੁਤ ਹੁੰਦਾ ਹੈ ਕੰਡਾ ਜਿਹੜਾ ਸਾਰਾ ਕੱਢ ਕੇ ਫਿਰ ਇਹਦਾ ਪਾਊਡਰ ਬਣਦਾ ਹੈ ਇਹ ਪਾਊਡਰ ਨਾਲ ਕੈਂਸਰ ਨੂੰ ਬਹੁਤ ਛੇਤੀ ਆਪਾਂ ਰਿਕਵਰ ਕਰ ਸਕਦੇ ਹਾਂ ਹੋਰ ਵੱਧ ਤੋਂ ਵੱਧ ਹੋਰ ਨਹੀਂ ਹੁਣ ਕੈਂਸਰ ਨੂੰ ਜਦੋਂ ਡਿਕਲੇਅਰ ਕਰ ਦਿੰਦੇ ਆ ਡਾਕਟਰ ਵੀ ਇਹ ਘਰ ਜਾ ਕੇ ਸੇਵਾ ਕਰ ਲੋ ਫਿਰ ਆਪਾਂ ਦੇਖਦੇ ਵੀ ਹੁਣ ਕਰੀਏ ਕੀ ਉਸ ਟਾਈਮੇ ਵਧੀਆ ਆਪਸ਼ਨ ਆ ਜੀ ਤੇ ਇਹਨੂੰ ਵਰਤ ਕੇ ਬੰਦਾ ਕੈਂਸਰ ਤੋਂ ਮਤਲਬ ਲਾ ਲੂ ਉਮਰ ਤਾਂ ਵਧਾਏ ਹੀ ਸਕਦਾ ਜੀ ਹਾਂ ਜੀ ਜਿਹੜੇ ਛੋਟੇ ਛੋਟੇ ਡ੍ਰੌਪ ਆਏ ਨੇ ਇਹ ਕਾਦੀ ਮੈਡੀਸਿਨ ਜਿਹੜੀ ਹੈ ਇਸ ਟਾਈਮੇ ਪਈ ਹੋਈ ਹੈ ਜਿਵੇਂ ਆਹ ਡ੍ਰੌਪ ਪਿਆ ਹੈ ਇਹਦੇ ਵਿੱਚ ਕਪੂੜੀਏ ਨਾਲ ਡ੍ਰੌਪ ਹੈ ਤੇ ਇੱਕ ਕਹ ਲੋ ਕਿ ਆਹ ਕਬਜਤਾ ਹੈ ਨਾ ਇਹ ਕੀ ਮਤਲਬ ਇਹ ਕੋਈ ਆਪ ਦੇ ਲੋ ਤਿਆਰ ਕੀਤੀ ਗਈ ਚੀਜ਼ ਹੈ ਜਿਹੜੀ ਇਹ ਦਵਾਈਆਂ ਨੇ ਜੀ ਦੇਖੋ ਇਹ ਅੱਖਾਂ ਦੀ ਦਵਾਈ ਆ ਜੀ ਅੱਖਾਂ ਹੀ ਦਵਾਈ ਆ ਇਹ ਅਸੀਂ ਫ੍ਰੀ ਦਿੰਨੇ ਆ ਕਿਉਂਕਿ ਆਪਾਂ ਡੇਲੀ ਜਦੋਂ ਮਾਰਕੀਟ 'ਚ ਜਾਂਦੇ ਆਂ ਤਰ੍ਹਾਂ-ਤਰ੍ਹਾਂ ਦੇ ਆਪਣੇ ਅੱਖਾਂ ਤੇ ਅਟੈਕ ਹੁੰਦੇ ਨੇ ਧੁੱਪ ਦਾ ਧੂਲ ਦਾ ਠੀਕ ਹੈ ਕਈ ਤਰ੍ਹਾਂ ਦੀ ਅੱਖਾਂ ਨੂੰ ਕੇਅਰ ਕਰਨ ਵਾਸਤੇ ਇੱਕ ਡ੍ਰੌਪ ਅਸੀਂ ਫ੍ਰੀ ਦਿੰਨੇ ਆ ਜੀ ਇਹ ਮਤਲਬ ਫ੍ਰੀ ਜੀ ਦੇਖੋ ਜਿੰਨੀ ਦੇ ਸਾਥ ਸਾਤੋ ਸੇਵਾ ਹੁੰਦੀ ਆ ਅਸੀਂ ਉੰਨੀ ਕੁ ਕਰਦੇ ਆ ਇੱਕ ਅਸੀਂ ਅੱਖਾਂ ਦੀ ਦਵਾਈ ਫ੍ਰੀ ਦਿੰਨੇ ਆ ਵੀ ਅੱਖਾਂ 'ਚ ਪਾਓ ਅੱਖਾਂ ਤੰਦਰੁਸਤ ਰਹਿਣਗੀਆਂ ਮੋਤੀ ਆ ਜਿਹੜਾ ਹੁੰਦਾ ਕਾਲਾ ਮੋਤੀ ਚਿੱਟਾ ਮੋਤੀ ਹੋਊਗਾ ਨਹੀਂ ਅਲਰਜੀ ਨਹੀਂ ਕਿਸੇ ਕਿਸਮ ਦੀ ਹੋਊਗੀ ਫਿਰ ਦੂਜੀ ਆ ਇੱਕ ਜਿਹੜਾ ਤੁਸੀਂ ਕਬਜ ਦਾ ਚੂਰਨ ਕਹਿ ਰਹੇ ਹੋ ਇਹਦੇ ਨਾਲ ਕਬਜ ਵੀ ਠੀਕ ਹੁੰਦੀ ਆ ਜਿਹੜੀ ਖੂਨੀ ਤੇ ਬਾਦੀ ਬਵਾਸੇ ਕਿਸੇ ਨੂੰ ਹੋਵੇ ਪੁਨੀ ਦੇ ਬਾਦ ਦੀ ਬਵਾਸਿਰ ਕਿਸੇ ਨੂੰ ਹੋਵੇ ਤਾਂ ਟੋਟਲੀ ਦਵਾਈ ਸਾਡੀ 3 ਮਹੀਨੇ ਦੀ ਦਵਾਈ ਹੁੰਦੀ ਹੈ ਫ੍ਰੀ ਦਿੰਦੇ ਆ ਅਸੀਂ ਇਹ ਵੀ ਫ੍ਰੀ ਕੋਸਟ ਬਿਲਕੁਲ ਫ੍ਰੀ ਦਿੰਦੇ ਆ ਕਿਉਂਕਿ ਜਿੰਨੀ ਕੁ ਸੇਵਾ ਹੋ ਹੋ ਸਕੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਹਿੰਦੇ 10 ਬੰਦ ਕੱਢਣਾ ਚਾਹੀਦਾ ਅਸੀਂ ਆਪਣਾ ਦਵਾਈਆਂ ਬਾਰੇ ਦਸਬੰਦ ਕਰ ਕੱਢ ਦਿੰਦੇ ਆ ਜੀ ਇਹ ਦਵਾਈ ਫ੍ਰੀ ਆ ਬਿਲਕੁਲ ਜੀ ਬਵਾਸਿਰ ਦੀ ਕੋਈ ਵੀ ਲੈ ਕੇ ਜਾ ਸਕਦਾ ਹੈ 3 ਮਹੀਨੇ ਦੀ ਦਵਾਈ ਬਿਲਕੁਲ ਫ੍ਰੀ ਆ ਤੇ ਕਾਹਾਂ ਬਲੱਡ ਪ੍ਰੈਸ਼ਰ ਦੀ ਦਵਾਈ ਬਣਾਉਂਦੀ ਆਂ ਦੀ ਅਸੀਂ ਇਹ ਵੀ ਅਸੀਂ ਫ੍ਰੀ ਦਿੰਦੇ ਆ ਜੀ ਇੱਕ ਡ੍ਰੌਪ ਹੁੰਦਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀ ਜੜੀ ਬੂਟੀਆਂ ਦੇ ਅਰਕ ਨੇ ਤੇ ਪੀਣੂ ਦਿੰਦੇ ਨਾਲ ਇਹਦੇ ਪਾਊਡਰ ਹੁੰਦੇ ਇਹਦੇ ਵਿੱਚ ਭਸਮਾ ਹੁੰਦੀਆਂ ਜਿਨ੍ਹਾਂ ਦਾ ਬੀਪੀ ਜ਼ਿਆਦਾ ਵੱਧਦਾ ਹੈ ਉਹ ਚਾਹੁੰਦੇ ਨੇ ਵੀ ਸਾਡਾ ਹਾਰਟ ਵੀ ਠੀਕ ਰਹੇ ਅਟੈਕ ਨਾ ਕਦੇ ਹੋਵੇ ਖੂਨ ਗਾੜਾ ਨਾ ਹੋਵੇ ਤਾਂ ਸੱਤੋਂ ਬਿਲਕੁਲ ਫ੍ਰੀ ਦਵਾਈ ਲੈ ਕੇ ਜਾ ਸਕਦਾ ਜੀ ਹਾਂਜੀ ਤੇ ਮਤਲਬ ਮੰਨ ਲਓ ਕਿਸੇ ਨੇ ਆਰਡਰ ਕਰਨੀ ਹੋਵੇ ਮੈਡੀਸਿਨ ਤੇ ਉਹ ਵੀ ਸਿਸਟਮ ਤੁਹਾਡੇ ਕੋਲੇ ਅਵੇਲੇਬਲ ਹੈ ਆ ਦੇਖੋ ਜੀ ਹੁਣ ਅੱਜ ਕੱਲ ਦਾ ਜ਼ਮਾਨਾ ਹੀ ਹੈ ਜੇ ਹੁਣ ਕਈ ਪੇਸ਼ੈਂਟ ਸਾਤੋਂ ਸਾਰੀ ਆਪਣੀ ਕੰਡੀਸ਼ਨ ਦੱਸ ਦਿੰਦੇ ਉਹ ਦਵਾਈ ਘਰੇ ਮੰਗਵਾ ਲੈਂਦੇ ਬੜੇ ਏਜੀ ਤਰੀਕੇ ਨਾਲ ਜੀ ਬਹੁਤ ਅਜੂਰ ਕੋਲ ਫੈਸਿਲਿਟੀਆਂ ਹੈਗੀਆਂ ਚਰੇ ਜਾਂਦੀਆਂ ਦਵਾਈ ਸਰ ਇੱਕ ਤਰ ਇੱਕ ਮੈਂ ਤੁਹਾਨੂੰ ਚੀਜ਼ ਪੁੱਛੂੰਗਾ ਕਿ ਅੱਜਕੱਲ ਇੱਕ ਬੜਾ ਲੋਕਾਂ ਵੱਲੋਂ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਆਪਣੀ ਤੁੰਨੀ ਹੁੰਦੀ ਹੈ ਉਹਦੇ ਕੋਲੇ 72 ਹਜ਼ਾਰ ਨਾੜੀਆਂ ਦਾ ਗੁੱਛਾ ਹੁੰਦਾ ਜੀ ਉਹ ਚਾਹ ਤੇਲ ਪਾਲੋ ਉਹਦੇ ਨਾਲ ਆਹ ਬਿਮਾਰੀ ਘਟਦੀ ਆ ਘਟਦੀ ਹੈ ਕੀ ਸੱਚ ਹੈ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਬਸ ਟੀਆਰਪੀ ਲੈਣ ਲਈ ਲੱਗੇ ਹੋਏ ਨੇ ਸਾਰੇ ਦੇਖੋ ਤੁਸੀਂ ਵੀ ਸਿਆਣੇ ਹੋ ਵੀ ਅਜੇ ਤੱਕ ਗੱਲਾਂ ਨਾਲ ਹੀ ਗੱਲਾਂ ਦਾ ਜਿ ਕੜਾ ਬਣਾ ਲਾਂਗੇ ਤਾਂ ਉਹਨੇ ਫੈਲ ਜਾਣਾ ਹੈ ਦੇਖੋ ਤੁੰਨੀ ਆਪਣਾ ਕੇਂਦਰਤ ਬਿੰਦੂ ਬਿੰਦੂ ਆ ਜਿੱਥੇ ਆਪਾਂ ਜਦੋਂ ਗਰਭ ਵਿੱਚ ਬੱਚਾ ਹੁੰਦਾ ਤਾਂ ਇੱਕ ਨਾੜੂਏ ਦਾ ਸਿਸਟਮ ਜੁੜਿਆ ਹੁੰਦਾ ਦੂਜਾ ਮੂੰਹ ਹੁੰਦਾ ਆਪਣਾ ਇਹ ਇੱਥੋਂ ਕਈ ਰੋਗਾਂ ਨੂੰ ਰਾਹਤ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਕਿਉਂਕਿ ਦੇਖੋ ਤੁਨੀ ਦੇ ਤੇਲ ਆਉਂਦੇ ਅੱਜਕਲ ਆਉਂਦੇ ਨੇ ਉਹ ਇੱਕੋ ਤੇਲ ਹੁੰਦਾ ਜੀ 1600 ਦਾ 1500 ਦਾ ਤੇ ਕਈ ਤਾਂ ਤੇਲ ਉਹ ਵੀ ਮਹਿੰਗੇ ਨੇ 500 ਤੋਂ ਦਾ ਸਟਾਰਟ ਹੁੰਦਾ ਪਰ ਮੈਂ ਇੱਕ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਵੀ ਦੇਖੋ ਲਗ ਅਲੱਗ ਬਿਮਾਰੀ ਤੇ ਲਗ ਲਗ ਤੇਲ ਵਰਤਿਆ ਜਾਣਾ ਚਾਹੀਦਾ ਹੈ ਹੁਣ ਜਿਵੇਂ ਕਿਸੇ ਨੂੰ ਕਬਜ ਬਰਾਣੀ ਆ ਉਥੇ ਅਰੰਡ ਦੀਆਂ ਤੇਲ ਜਿਹੜਾ ਅਰੰਡ ਦਾ ਤੇਲ ਹੁੰਦਾ ਉਹ ਵਰਤਣਾ ਚਾਹੀਦਾ ਜਿਹਨੂੰ ਕੈਸਟਰੋਲ ਕਹਿ ਦਿੰਦੇ ਆ ਉਹ ਤੁਨੀ ਜਪਾਓ ਜੇ ਕਿਸੇ ਨੂੰ ਚਮੜੀ ਰੋਗ ਆ ਤਾਂ ਉਥੇ ਨਿੰਮ ਦਾ ਤੇਲ ਜਾਂ ਨਾਰੀਅਲ ਦਾ ਤੇਲ ਪਾਊਗਾ ਠੀਕ ਹੈ ਜੀ ਠੀਕ ਹੈ ਜੀ ਜੇ ਕਿਸੇ ਨੂੰ ਮੰਨ ਕੇ ਚੱਲੋ ਵੀ ਦਿਮਾਗੀ ਕਮਜ਼ੋਰੀ ਰਹਿੰਦੀ ਟੈਨਸ਼ਨ ਰਹਿੰਦੀ ਉਥੇ ਬਦਾਮ ਦਾ ਤੇਲ ਪਾਊਗਾ ਜੀ ਠੀਕ ਹੈ ਮਤਲਬ ਪੋਜੀਸ਼ਨ ਦੇ ਕੇ ਹੀ ਤੇਲ ਵਰਤਣਾ ਚਾਹੀਦਾ ਵੀ ਐ ਨਹੀਂ ਵੀ ਇੱਕ ਇੱਕ ਧੁੰਨੀ ਵਾਲੇ ਤੇਲ ਵਿੱਚ 15-15 ਤੁਸੀਂ ਤੇਲ ਪਾਈ ਬੈਠੇ ਹੋ ਤਸਵੀਰ ਬੰਦੇ ਦੀ ਹੋਰ ਆ ਤੇ ਤੇਲ ਹੋ ਰੇ ਵਰਤ ਲੈਂਦੇ ਆ ਤੇ ਉਹਦਾ ਨੁਕਸਾਨ ਵੀ ਹੈ ਜੀ ਤੇ ਵੈਸੇ ਤੁਹਾਡੇ ਵੱਲੋਂ ਕੋਈ ਮਤਲਬ ਜਿਵੇਂ ਕਹਿ ਲੋ ਨੁਕਤੇ ਹੁੰਦੇ ਆ ਕੋਈ ਤੁਸੀਂ ਦੱਸ ਸਕਦੇ ਹੋ ਦਰਸ਼ਕਾਂ ਨੂੰ ਜਿਹੜੇ ਘਰੇ ਬੈਠ ਕੇ ਯੂਜ਼ ਕਰ ਸਕਣ ਦੇਖੋ ਜਿਵੇਂ ਹੁਣ ਆਪਾਂ ਇੱਕ 슈ਗਰ ਦਾ ਸਰੋਤ ਨੂੰ ਕੋ ਦੱਸ ਦਿੰਦੇ ਆ ਵੀ ਜਿਨ੍ਹਾਂ ਦਾ 슈ਗਰ ਬਹੁਤ ਜ਼ਿਆਦਾ ਵੱਧ ਹੈ ਜਿਹੜੀਆਂ ਗੋਲੀਆਂ ਆਪਾਂ ਖਾਣੀਆਂ ਕੋਈ ਵੀ ਕਈ ਵੀ ਦੋ 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 ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਕਈ ਇੱਕ ਸਵੇਰੇ ਇੱਕ ਸ਼ਾਮ ਨੂੰ ਇੰਜੈਕਸ਼ਨ ਲੱਗਦੇ ਨੇ ਕਈ ਤਰ੍ਹਾਂ ਦੀਆਂ ਕੰਡੀਸ਼ਨਾਂ ਹੋ ਜਾਂਦੀਆਂ ਨੇ ਪਰ ਮੈਂ ਇੱਕ ਥੋੜੀ ਆਪਣੇ ਵੱਲੋਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਵੀ ਜਿਹੜੀ ਗੋਲੀਆਂ ਨਾ ਇਹ ਸਾਰੀਆਂ ਸਾਈਡ ਇਫੈਕਟ ਕਰਨਗੀਆਂ ਕਿਡਨੀ ਲੇਬਰ ਅੰਤੜੀਆਂ ਤੱਕ ਇਹ ਥੋੜੀ ਇਹਦਾ ਸਿਸਟਮ ਵਿਗਾੜ ਦੇਣਗੀਆਂ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜਾ ਕੁਦਰਤੀ ਤਰੀਕਾ ਹੈ ਉਹਨੂੰ ਅਪਣਾਈਏ ਕੁਦਰਤ ਨੂੰ ਪਿਆਰ ਕਰਨ ਵਾਸਤੇ ਸਾਰੇ ਮੈਸੇਜ ਦਿੰਦੇ ਆਂ ਕੁਦਰਤ ਨੂੰ ਪਿਆਰ ਕਰਨ ਵਾਸਤੇ ਕੁਦਰਤੀ ਦਵਾਈ ਵਰਤੋ ਨੁਸਖਾ ਮੈਂ ਦੱਸਦਾ ਜੀ ਜਿਨ੍ਹਾਂ ਨੂੰ ਸ਼ੂਗਰ ਆ ਜੇ ਸ਼ੂਗਰ ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਪਰਹੇਜ ਨੇ ਚਾਹੇ ਮਿੱਠਾ ਚਾਵਲ ਨਾਲ ਆਲੂ ਆ ਕੰਡੀਸ਼ਨ ਦਾ ਹੁਣ ਅਲੱਗ-ਬਗ ਜਿਹੜੀ ਜਹਹਿ ਜੀ ਕੰਡੀਸ਼ਨ ਆ ਉਹ ਮੁਤਾਬਕ ਤਾਂ ਅੱਜਕੱਲ੍ਹ ਲੋਕਾਂ ਨੂੰ ਪਰਹੇਜਾਂ ਦਾ ਪਤਾ ਹੀ ਵੀ ਕੀ ਖਾਣਾ ਕੀ ਨਹੀਂ ਖਾਣਾ ਮੂੰਹ ਜਿਹੜਾ ਹੈਗਾ ਆਪਣਾ ਬੰਨਣਾ ਪੈਣਾ ਜਿਹੜਾ ਆਪਾਂ ਸਵਾਦ ਲੈ ਲੈ ਕੇ ਖਾਣੇ ਆਂ ਚੀਜ਼ ਪਹਿਲੀ ਗੱਲ ਤਾਂ ਇਹ ਖਾਣ ਪੀਣ ਦਾ ਤਰੀਕਾ ਜਿਹੜਾ ਸਭ ਨੂੰ ਪਤਾ ਹੀ ਹੈ ਕੀ ਆ ਹੁਣ ਨੁਸਕਾ ਕੀ ਆ ਜੇ ਕਿਸੇ ਦਾ ਸ਼ੂਗਰ ਜ਼ਿਆਦਾ ਵੱਧਦਾ ਹੈ ਜਾਮਣ ਦਾ ਸਿਰਕਾ ਜੀ ਬੜਾ ਮਸ਼ਹੂਰ ਸਿਰਕਾ ਹੈ ਜਿਹੜੀ ਆਪਾਂ ਜਾਮਣ ਖਾਂਦੇ ਆਂ ਫਲ ਉਹਦਾ ਸਿਰਕਾ ਹੁੰਦਾ ਹੈ ਤੁਸੀਂ ਜਿਹੜੀ ਗੋਲੀ ਖਾਣੇ ਆ ਉਹ ਖਾਈ ਜਾਓ ਪਰ ਜਦੋਂ ਇਹ ਦਵਾਈ ਸਟਾਰਟ ਕਰਤੀ ਜਿਹੜਾ ਮੈਂ ਨੁਸਖਾ ਦੱਸੂਗਾ ਜਦੋਂ ਦਵਾਈ ਸਟਾਰਟ ਹੋ ਗਈ ਹੌਲੀ ਹੌਲੀ ਗੋਲੀ ਬੰਦ ਕਰਦੇ ਜਾਣਾ ਜਿਵੇਂ ਪਹਿਲਾਂ 2 ਚੱਲਦੀਆਂ ਨੇ ਫਿਰ 1 ਕਰ ਦੇਣੀ ਆ ਫਿਰ 1 ਚੱਲਦੀ ਇਹਨੂੰ ਅੱਤੀ ਕਰ ਦੋ ਹੌਲੀ ਹੌਲੀ ਇਹਨੂੰ ਬੰਦ ਕਰ ਦੋ ਫਿਰ ਤੁਸੀਂ ਆਯੁਰਵੈਦਿਕ ਪਰ ਆ ਜਾਓ ਸ਼ੂਗਰ ਦਾ ਪਰਮਾਨੈਂਟ ਇਲਾਜ ਹੈ ਨਹੀਂ ਜੀ ਸਿੱਧੀ ਜੀ ਗੱਲ ਆ ਪਰ ਕੰਟਰੋਲ ਹੋ ਜਵੇ ਤੁਸੀਂ ਟੀਕਿਆਂ ਤੋਂ ਬਚ ਜਿਓ ਜਿਹੜੇ ਲਾਉਣੇ ਪੈਂਦੇ ਤੁਨ ਚ ਇਹ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਉਹ ਤੋਂ ਬਚੇ ਤਾਂ ਵੀ ਬਹੁਤ ਵੱਡੀ ਗੱਲ ਆ ਜੀ ਇਹਦੇ ਵਾਸਤੇ ਇੱਕ ਮੈਂ ਜਾਮਣ ਦਾ ਸਿਰਕਾ ਰეკਮੈਂਡ ਕਰੂੰਗਾ ਤੁਹਾਡੇ ਜਿੰਨੇ ਵੀ ਦਰਸ਼ਕ ਦੇਖਦੇ ਨੇ ਸਿਰਕਾ ਤੁਸੀਂ ਲੈ ਲਓ ਜਾਮਣ ਦਾ ਉਹਦੇ ਵਿੱਚ ਇੱਕ ਜਾਂ ਦੋ ਚਮਚੇ ਪਾਣੀ ਵਿੱਚ ਗਰਮ ਪਾਣੀ ਚ ਪਾ ਕੇ ਨੂੰ ਥੋੜਾ ਥੋੜਾ ਕਰਕੇ ਪੀਣਾ ਹੈ ਕੱਟਾ ਨਹੀਂ ਵੀ ਅੰਦਰ ਉਹ ਕਰ ਲੈਣਾ ਕਿਉਂਕਿ ਉਹ ਖੱਟਾ ਹੁੰਦਾ ਸਿਰਕਾ ਇਹ ਜਿਹੜਾ ਸਿਰਕਾ ਜਾਮਣ ਦਾ ਸਿਰਕਾ ਇਹ ਥੋੜੀ ਜਿਹੜੀ ਪੈਨਕ੍ਰਾਇਜ਼ ਦਾ ਉਹਨੂੰ ਐਕਟੀਵੇਟ ਕਰਦਾ ਹੈ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਤੇ ਫਿਰ ਬਾਕੀ ਇਹਨਾਂ ਇਹਨਾਂ ਨੂੰ ਭਜਨ ਵੀ ਘਟਦਾ ਹੈ ਕਿਉਂਕਿ ਸ਼ੂਗਰ ਦਾ ਮਰੀਜ਼ ਕਈ ਵਾਰੀ ਉਹਨੂੰ ਭੁੱਖ ਜ਼ਿਆਦਾ ਲੱਗਦੀ ਹੈ ਉਹ ਜ਼ਿਆਦਾ ਖਾਂਦਾ ਰਹਿੰਦਾ ਹੈ ਭਜਨ ਵੀ ਘਟ ਇਹਦੇ ਨਾਲ ਵੱਧਦਾ ਹੈ ਉਹ ਭਜਨ ਕੰਟਰੋਲ ਕਰੂਗਾ ਫਾਰਮੂਲਾ ਦੂਜਾ ਨੁਸਖਾ ਕੀ ਆ ਇੱਕ ਗੋਲੀਆਂ ਤੁਸੀਂ ਬਣਾਉਣੀਆਂ ਸੌਖੀਆਂ ਨੇ ਇਹ ਸੁੰਡ 50 ਗ੍ਰਾਮ ਲੈ ਲੈਣੀ ਹੈ ਤੁਸੀਂ ਤੇ ਜਾਮਣ ਦੀ ਗਿਰੀ ਜਿਹੜਾ ਆਪਾਂ ਜਾਮਣ ਦਾ ਫਲ ਖਾਂਦੇ ਆ ਉਹਦੀ ਗਿਰੀ 50 ਗ੍ਰਾਮ ਲੈ ਲਓ ਤੇ ਇਹਦੇ ਵਿੱਚ ਗੁੜ ਮਾਰਕ ਜੜੀ ਬੂਟੀਆਂ ਹੁੰਦੀ ਹੈ 100 ਗ੍ਰਾਮ ਪਾਊਡਰ ਉਹਦਾ ਪਾ ਲਓ ਇਹ ਤਿੰਨੇ ਚੀਜ਼ਾਂ ਲੈ ਕੇ ਤੁਸੀਂ ਰਗੜ ਕੇ ਕਿਸੇ ਕੁੰਡੀ ਵਿੱਚ ਪਾ ਲਓ ਇਹਨੂੰ ਰਗੜ ਲਓ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਤੁਸੀਂ ਜਿਹੜਾ ਐਲੋਵੇਰਾ ਹੁੰਦਾ ਜਿਹਨੂੰ ਘੁਮਾਰ ਕਹਿ ਦਿੰਦੇ ਆ ਘੀ ਘੁਮਾਰ ਕਹਿ ਦਿੰਦੇ ਆ ਉਹ ਲੈ ਕੇ ਤੁਸੀਂ ਉਹਦਾ ਜਿਹੜਾ ਗੁੱਦਾ ਹੁੰਦਾ ਉਹਦੀ ਜਿਹੜੀ ਜੈੱਲ ਆ ਉਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਘਟਾਈ ਕਰੋਗੀ ਘਟਾਈ ਕਰਕੇ ਜਦੋਂ ਗੋਲੀਆਂ ਬੱਟਣਯੋਗੀਆਂ ਹੋ ਗਈਆਂ ਤਾਂ ਮਟਰ ਦੇ ਆਕਾਰ ਜਿੰਨੀਆਂ ਉਹਦੀਆਂ ਗੋਲੀਆਂ ਬਣਾ ਲਓ ਦੋ ਸਵੇਰੇ ਖਾਲੀ ਪੇਟ ਦੋ ਦੁਪਹਿਰੇ ਦੋ ਸ਼ਾਮ ਨੂੰ ਖਾਓ ਤੇ ਜਿਹੜੀ ਦਵਾਈਆਂ ਹੁਣ ਲਈ ਬੰਦ ਕਰੋ ਤਾਂ ਸ਼ੂਗਰ ਤੋਂ ਤੁਹਾਨੂੰ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਣਾ ਜੀ ਤੇ ਜੇ ਹੁਣ ਗੱਲ ਕਰੀਏ ਥਾਇਰੋਇਡ ਤੇ ਬੀਪੀ ਦੀ ਹਾਂਜੀ ਉਹਦੇ ਵਿੱਚ ਕੋਈ ਨੁਕਤਾ ਜਿਹੜਾ ਕਰਦੇ ਦੇਸੀ ਵਰਤ ਸਕਣ ਕਿਉਂਕਿ ਅੱਜ ਤੱਕ ਲੋਕਾਂ ਨੂੰ ਤਾਂ ਇਹ ਹੀ ਹੁੰਦਾ ਕਿ ਬੀਪੀ ਦੀਆਂ ਡਾਕਟਰ 40 40mg ਦੀਆਂ 80 80mg ਦੀਆਂ ਗੋਲੀਆਂ ਲਗਾ ਦਿੰਦੇ ਨੇ ਪਰ ਕੋਈ ਅਜਿਹਾ ਨੁਕਸਾ ਵੀ ਹੋਵੇ ਕਿ ਗੋਲੀ ਦੇ ਨਾਲ ਨਾਲ ਦੇਸੀ ਦਵਾਈ ਦੇ ਨਾਲ ਉਹਨਾਂ ਦੋਨਾਂ ਗੋਲੀਆਂ ਤੋਂ ਵੀ ਖੜਾ ਛੁੱਟ ਸਕੇ ਦੇਖ ਹੁਣ ਜਿਵੇਂ ਮੈਂ ਪਹਿਲਾਂ ਆਪਣੀ ਦਵਾਈ ਦੱਸੀ ਆ ਉਹਦੇ ਵਿੱਚ ਪਹਿਲੀ ਗੱਲ ਤਾਂ ਫ੍ਰੀ ਦਿੰਦੇ ਆ ਅਸੀਂ ਤੇ ਜਿਨ੍ਹਾਂ ਦਾ ਬੀਪੀ ਵੱਧ ਆ ਉਹ ਕੰਟਰੋਲ ਕਰਨਾ ਚਾਹੁੰਦੇ ਨੇ ਤਾਂ ਉਹ ਕੀ ਕਰਨ ਪਹਿਲੀ ਗੱਲ ਤਾਂ ਦਾਲਚੀਨੀ ਜਿਹੜੀ ਹੁੰਦੀ ਆ ਵਧੀਆ ਦਾਲਚੀਨੀ ਲੈ ਲਓ ਹੋ ਸਕਦਾ ਕੱਪੜਾ ਛਾਨ ਕਰ ਲੋ ਕੱਪੜੇ ਵਿੱਚ ਕੱਢ ਲੋ ਉਹਦੀਆਂ ਤਿੰਨ ਕ ਚੁਟਕੀਆਂ ਬਹੁਤੀਆਂ ਨਹੀਂ ਜ਼ਿਆਦਾ ਲੈਣੀ ਹੈ ਤਿੰਨ ਕ ਚੁਟਕੀਆਂ ਸਵੇਰੇ ਤਿੰਨ ਦੁਪਹਿਰੇ ਤਿੰਨ ਸ਼ਾਮ ਇੱਕ ਦੂਜੀ ਗੱਲ ਜਦੋਂ ਜਿਹੜਾ ਬੀਪੀ ਵਧਣ ਦਾ ਕਾਰਨ ਕੀ ਹੁੰਦਾ ਹੈ ਜਿਹੜੀਆਂ ਆਪਣੀਆਂ ਨਾੜੀਆਂ ਹੁੰਦੀਆਂ ਆਰਟਰੀ ਬੜੀ ਬੜੀ ਜਿਹੜੀ ਨਾੜੇ ਛੋਟੀਆਂ ਨਾੜੀ ਹੁੰਦੀਆਂ ਉਹ ਸਖਤ ਹੋ ਜਾਂਦੀਆਂ ਨੇ ਜੋ ਨਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਹੁੰਦਾ ਜਦੋਂ ਚੱਲਦਾ ਲਗਾਤਾਰ ਰਫ਼ਤਾਰ ਵੱਧ ਕੇ ਘਟ ਕੇ ਤਾਂ ਬੀਪੀ ਵੱਧਦਾ ਹੈ ਉਹ ਸਖਤਤਾ ਜਿਹੜੀ ਨਾੜਾਂ ਵਿੱਚ ਸਖਤਾਪਨ ਆ ਜਾਂਦਾ ਹੈ ਸਖਤ ਹੋ ਜਾਂਦੀ ਹੈ ਉਹਨੂੰ ਨਰਮ ਕਰਨ ਵਾਸਤੇ ਕੀ ਕਰਨਾ ਹੈ ਦਾਲਚੀਨੀ ਹੋਗੀ ਦੂਜਾ ਜਿਹੜਾ ਕੀ ਕਰਨਾ ਇੱਕ ਖਸਖਸ ਠੀਕ ਹੈ ਜੀ ਖਸਖਸ ਲੈ ਲਓ 200 ਗ੍ਰਾਮ ਤੇ ਤਰਬੂਜ ਦੀ ਗਿਰੀ 200 ਗ੍ਰਾਮ ਲੈ ਕੇ ਉਹਨਾਂ ਨੂੰ ਦੋਹਾਂ ਨੂੰ ਅਲੱਗ-ਅਲੱਗ ਕੁੱਟ ਲਓ ਤੇ ਉਹਦਾ ਪੰਜੀਰੀ ਟੈਬ ਬਣੂਗੀ ਇਹ ਮਿਕਸ ਕਰ ਲਓ 200 ਗ੍ਰਾਮ ਖਸਖਸ ਹੋਗੀ ਤੇ 200 ਗ੍ਰਾਮ ਤਰਬੂਜ ਦੀ ਗਿਰੀ ਲਓ ਦੋਹਾਂ ਨੂੰ ਲੈ ਕੇ ਮਿਕਸ ਕਰ ਲਓ ਚਮਚਾ-ਚਮਚਾ ਸਵੇਰੇ ਚਬਾ-ਚਬਾ ਕੇ ਖਾਣਾ ਹੈ ਦੋ ਚੀਜ਼ਾਂ ਹੋ ਗਈਆਂ ਤੀਜੀ ਚੀਜ਼ ਕੀ ਹੈ ਅਰਜਨ ਅਰਜਨ ਦਾ ਦਰਖਤ ਆਪਣੇ ਬਹੁਤ ਰੋਣਾ ਦੇ ਮਿਲ ਜਾਊਗਾ ਤੁਹਾਨੂੰ ਤੇ ਪੰਸਾਰੀ ਤੋਂ ਵੀ ਦੀ ਦੀ ਛਿੱਲਣ ਮਿਲ ਜਾਊਗੀ ਤੇ ਉਹਦਾ ਪਾਊਡਰ ਲਾਓ ਤੇ ਇੱਕ ਚਮਚਾ ਤੁਸੀਂ ਇਹ ਦੋ ਗਲਾਸ ਪਾਣੀ ਵਿੱਚ ਉਬਾਲੋ ਤੇ ਜਦੋਂ ਉਹ ਉਬਲਦਾ ਉਬਲਦਾ ਇੱਕ ਗਲਾਸ ਰਹਿ ਗਿਆ ਤੇ ਉਹ ਜਿਹੜਾ ਕੜਾੜਾ ਪੀ ਲਓ ਸਵੇਰੇ ਸ਼ਾਮ ਇਹ ਪੀਓ ਦੋ ਨੁਸਖੇ ਮੈਂ ਪਹਿਲਾਂ ਦੱਸੇ ਨੇ ਜਿਨ੍ਹਾਂ ਦਾ ਬੀਪੀ ਜ਼ਿਆਦਾ ਵੱਧਦਾ ਹੈ ਕੈਸਟਰੋਲ ਵਧਿਆ ਹੋਇਆ ਹੈ ਐਂ ਲੱਗਦਾ ਵੀ ਹੁਣ ਅਟੈਕ ਨਾ ਹੋ ਜਵੇ ਖਤਰਾ ਵਧਿਆ ਹੋਇਆ ਤਾਂ ਇਹ ਫਾਰਮੂਲਾ ਵਰਤ ਕੇ ਉਹ ਆਪਣੇ ਬੀਪੀ ਨੂੰ ਕੰਟਰੋਲ ਕਰ ਸਕਦੇ ਨੇ ਤੇ ਥਾਇਰੋਇਡ ਲਈ ਕੋਈ ਤੁਹਾਡੇ ਕੋਲੇ ਮੈਡੀਸਿਨ ਜਾਂ ਕੋਈ ਨੁਕਤਾ ਦੇ ਸੀ ਦੇਖੋ ਥਾਇਰੋਇਡ ਵਾਸਤੇ ਥਾਇਰੋਇਡ ਦੀ ਕੰਡੀਸ਼ਨ ਹੁੰਦੀ ਹੈ वजन ਘਟਦਾ वजन ਵੱਧਦਾ ਵੀ ਉਹਦੇ ਵਾਸਤੇ ਕਿਹੜੀ ਦਵਾਈ ਦੇਣੀ ਹੈ ਪਹਿਲੀ ਗੱਲ ਤਾਂ ਇਹ ਆ ਤੇ ਜਿਹੜੀ ਸਾਡੀ ਦਵਾਈ ਆ ਜੀ ਥਾਇਰੋਇਡ ਦੀ ਗੋਲੀ ساری ਉਮਰ ਨਹੀਂ ਬੰਦ ਹੁੰਦੀ ਤੁਹਾਨੂੰ ਪਤਾ ਹੀ ਇਹ ਵੀ ਪਹਿਲਾਂ ਡੋਜ਼ ਘਟ ਘਟ ਦਿੰਦੇ ਨੇ ਡਾਕਟਰ ਜਦੋਂ ਥਾਇਰੋਇਡ ਠੀਕ ਨਹੀਂ ਹੁੰਦਾ ਫਿਰ ਡੋਜ਼ ਵੱਧਦੀ ਵੱਧਦੀ ਵਧੀ ਜਾਂਦੀ ਹੈ ਗੋਲੀ ساری ਉਮਰ ਖਾਣੀ ਪੈਂਦੀ ਆ ਪਰ ਜਿਹੜੀ ਸਾਡੀ ਦਵਾਈ ਆ ਅਸੀਂ ਇੱਕ ਦਵਾਈ ਤਿਆਰ ਕਰਦੇ ਆ ਉਹਦੇ ਨਾਲ ਕੀ ਆ ਜੀ ਇਹ ਤੁਹਾਨੂੰ ਡੇਢ ਸਾਲ ਲਗ ਮੰਨ ਕੇ ਚੱਲੋ ਵੀ ਡੇਢ ਸਾਲ ਤੁਸੀਂ ਦਵਾਈ ਖਾ ਲੋ ਮੁੜ ਕੇ ਤੁਹਾਨੂੰ ਗੋਲੀ ਖਾਣ ਦੀ ਲੋੜ ਨਹੀਂ ਹੁਣ ਇਹਦੇ ਵਾਸਤੇ ਨੁਸਖਾ ਵੀ ਮੈਂ ਦੱਸ ਦਿੰਦਾ ਕਿਉਂ ਨੁਸਖੇ ਦੀ ਗੱਲ ਕੀਤੀ ਆ ਤਰੀਕੂਟਾ ਚੂਰਨ ਆਉਂਦਾ ਜੀ ਤਰੀਕੂਟਾ ਚੂਰਨ ਤੁਸੀਂ ਉਹ ਕੀ ਕਰਨਾ ਹੈ ਇਹ ਉਹਦੀਆਂ ਅੱਧਾ ਕਿ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਸ਼ਹਿਦ ਨਾਲ ਤੇ ਫਿਰ ਇੱਕ ਜਿਹੜਾ ਐਪਲ ਸਾਈਡਰ ਜਿਹਨੂੰ ਕਹਿੰਦੇ ਸੇਬ ਦਾ ਸਰਕਾ ਉਹ ਦੋ ਦੋ ਚਮਚੇ ਤੁਸੀਂ ਗਰਮ ਪਾਣੀ ਜਿਵੇਂ ਮੈਂ ਪਹਿਲਾਂ ਦੱਸਿਆ ਘੋਲ ਕੇ ਉਹ ਪੀਓ ਇਹ ਦੋ ਚੀਜ਼ਾਂ ਕਰਕੇ ਤੁਸੀਂ ਦੇਖ ਲਓ ਜਿਹੜਾ ਤੁਹਾਡਾ ਥਾਇਰੋਇਡ ਆ ਹੌਲੀ ਜਿਹੀ ਘਟਨਾ ਸ਼ੁਰੂ ਹੋ ਜਾਣਾ ਫਿਰ ਜਿਹੜੀ ਗੋਲੀ ਆ ਜੇ ਡਾਕਟਰ ਦੀ ਸਲਾਹ ਨਾਲ ਤੁਸੀਂ ਗੋਲੀ ਬੰਦ ਕਰ ਸਕਦੇ ਹੋ ਇੱਕਦਮ ਗੋਲੀ ਨਾ ਬੰਦ ਕਰਿਓ ਇਹ ਨੁਸਖਾ ਬਹੁਤ ਕਾਰਗਰ ਆ ਜੀ ਇੱਕ ਚੀਜ਼ ਤੁਹਾਨੂੰ ਹੋਰ ਪੁੱਛੂੰਗਾ ਇੱਕ ਜਿਵੇਂ ਬੱਚਿਆਂ ਦਾ ਤੋਤਲਾਪਣ ਆ ਰਿਹਾ ਹਕਲਾ ਕੇ ਬੋਲ ਰਹੇ ਨੇ ਇੱਕ ਗੱਲ ਨੂੰ ਵਾਰ 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 ਐ ਰੁਕ ਰੁਕ ਕੇ ਬੋਲ ਰਹੇ ਨੇ ਉਹਦੇ ਪ੍ਰਤੀ ਤੇ ਇੱਕ ਜਿਹੜਾ ਅੱਜ ਕੱਲ ਬਾਜ਼ਪਨ ਜ਼ਿਆਦਾ ਚੱਲ ਰਿਹਾ ਗਿਆ ਬੇ ਔਲਾਦ ਜੋੜੇ ਜਿਹੜੇ ਆਈਵੀਐਫ ਕਰਵਾ ਰਹੇ ਨੇ ਇਹਨੇ ਨੇ ਪੈਸੇ ਲਾ ਰਹੇ ਨੇ ਕੋਈ ਇਹਦੇ ਲਈ ਦਰਸ਼ਕਾਂ ਨੂੰ ਤੁਹਾਡੇ ਲੋ ਕੋਈ ਮੈਸੇਜ ਹੋਵੇ ਕੋਈ ਤੁਹਾਡੇ ਲੋ ਨੁਕਤਾ ਹੋਵੇ ਜਿਹਦਾ ਕਰਕੇ ਲੋਕਾਂ ਦੀ ਜਿਹੜੀ ਮਣੀ ਉਹ ਵੀ ਵੇਸਟ ਨਾ ਹੋਵੇ ਕਿਉਂਕਿ ਦੇਖੋ ਕੋਈ ਮਿਹਨਤ ਨਾ ਕਰਦਾ ਹੈ ਨਾ ਪੈਸੇ ਕਿਤਰਾ ਕਮਾਉਂਦਾ ਕਿਵੇਂ ਡਾਕਟਰ 1.5 2 2 ਲੱਖ ਰੁਪਏ ਲੈ ਰਹੇ ਨੇ ਆਈਵੀਐਫ ਦਾ ਕੋਈ ਤੁਹਾਡੇ ਕੋਲੇ ਬਾਹਰ ਜਿਸ ਤਰ੍ਹਾਂ ਪੜਿਆ ਬਾਜਪੰਦਾ ਰੋਗਾਂ ਦਾ ਸਾਰਾ ਟਰੀਟਮੈਂਟ ਉਹ ਕਿਵੇਂ ਮਤਲਬ ਮੈਡੀਸਨ ਖਾਣੀ ਪੈਂਦੀ ਹੈ ਕੀ ਗੱਲਬਾਤ ਹੈ ਸਾਰੀ ਜਿਹੜੀ ਸਾਡੀ ਨਾ ਜੀ ਬਾਜਪੰਦ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜੀ ਤੇ ਉਹਨੂੰ ਮੈਂ ਮਿਲ ਕੋਈ ਹੱਥ ਬਨ ਕੇ ਬੇਨਤੀ ਕਰਦਾ ਹਾਂ ਕਿਉਂਕਿ ਪੈਸਾ ਜਿਹੜਾ ਆਈਵੀਐਫ ਵਗੈਰਾ ਹੈਗਾ ਪੈਸਾ ਬਹੁਤ ਲੱਗਦਾ ਹੈ ਕੇਸ ਜਦੋਂ ਸਕਸੈਸ ਨਹੀਂ ਹੁੰਦਾ ਫਿਰ 2-2 ਲੱਖ ਦਾ ਚੂਨਾ ਲਾ ਕੇ ਆਪਾਂ ਫੇਰ ਘਰ ਬੈਠ ਜਾਂਦੇ ਪਰ ਜਿਹੜਾ ਦੇਸੀ ਦਵਾਈ ਆ ਐਰੋਵੈਦਿਕ ਜੋ ਢਾਂਗਾ ਨਾ ਉਹ ਫਿਰ ਵੀ ਉਹਦੇ ਨਾਲ ਬਹੁਤ ਸਸਤਾ ਹੈ ਜੀ ਬਹੁਤ ਸਸਤਾ ਨਾਲੇ ਉਹਦੇ ਵਿੱਚ ਸਕਸੈਸ ਦੇ ਬਹੁਤ ਚਾਂਸ ਨੇ ਜੀ ਬਹੁਤ ਚਾਂਸ ਨੇ ਤੁਸੀਂ ਐਰੋਵੈਦਿਕ ਇਲਾਜ ਕਰਵਾਓ ਤੇ ਦੇਖੋ ਗਰੰਟੀ ਕਿਸੇ ਚੀਜ਼ ਦੀ ਦੇਣੀ ਨਹੀਂ ਚਾਹੀਦੀ ਪਰ ਵਿਸ਼ਵਾਸ ਤੁਹਾਨੂੰ ਰੱਖਣਾ ਪੈਣਾ ਹੈ ਚਾਹੇ ਕਿਸੇ ਵੀ ਡਾਕਟਰ ਕੋਲ ਜਾਓ ਟਰੀਟਮੈਂਟ ਨੂੰ ਇਲਾਜ ਨੂੰ ਇਲਾਜ ਸਮਝੋ ਜੇ ਇਲਾਜ ਤੋਂ ਤੁਸੀਂ ਥੋੜਾ ਜਿਹਾ ਪਾਸੇ ਹੋਵੋਗੇ ਫਿਰ ਇਲਾਜ ਕਾਦਾ ਹੋਣਾ ਹੈ ਪਰ ਜਿਹੜਾ ਬਾਝਪੰਦਾ ਇਲਾਜ ਆ ਸਾਡਾ ਸਮਝ ਲਓ ਕਿ 100% ਸੈਕਸ ਕਹਿੰਦੇ ਜਿੰਨਾ ਮਰਜੀ ਪੁਰਾਣਾ ਕੇਸ ਹੋਵੇ ਚਾਹੇ ਤੇ ਦੂਜੀ ਗੱਲ ਕਿਹੜੀ ਕੀਤੀ ਤੁਸੀਂ ਇੱਕ ਜਿਹੜੇ ਬੱਚੇ ਹਕਲਾ ਕੇ ਬੋਲਦੇ ਨੇ ਹਾਂ ਹਕਲਾ ਕੇ ਬੋਲਦੇ ਨੇ ਹੁਣ ਬੱਚਿਆਂ ਇਹ ਅੱਜਕੱਲ ਬਹੁਤ ਕੇਸ ਆ ਰਹੇ ਨੇ ਬੱਚਾ ਅਟ ਅਟਕੜ ਕੇ ਬੋਲਦਾ ਹੈ ਤੋਤਲੀ ਜਮਾਨ ਚ ਬੋਲਦਾ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਜਿਆਦਾ ਕਾਰਨ ਹੈ ਖਾਣ ਪੀਣ ਦਾ ਸਿਸਟਮ ਜਿਹੜਾ ਆਪਣੇ ਬੱਚਿਆਂ ਨੂੰ ਜੋ ਖਰਾਕ ਮਿਲਣੀ ਚਾਹੀਦੀ ਹੈ ਚਾਹੇ ਉਹ ਗਰਭ ਵਿੱਚ ਆ ਚਾਹੇ ਉਹ ਜਦੋਂ ਗਰਭ ਤੋਂ ਬਾਹਰ ਆਉਂਦਾ ਹੈ ਜਦੋਂ ਮਤਲਬ ਉਹਨੂੰ ਪਾਲਦੇ ਆਂ ਖਰਾਕ ਗਲਤ ਹੈ ਪਹਿਲੀ ਗੱਲ ਤਾਂ ਫਿਰ ਦੂਜਾ ਦਿਮਾਗ ਬੱਚੇ ਦੇ ਦਿਮਾਗ ਤੇ ਪ੍ਰੈਸ਼ਰ ਬਹੁਤ ਆ ਜੀ ਪੜਨ ਦਾ ਪ੍ਰੈਸ਼ਰ ਜੀ ਉਹਨੂੰ ਮਤਲਬ ਕਈ ਚੀਜ਼ਾਂ ਹੈ ਬੱਚਾ ਪ੍ਰੈਸ਼ਰ ਚ ਆ ਕੇ ਉਹਦੀ ਜਿਹੜੀ ਜਿਹੜੀ ਜਮਾਨਾ ਉੱਤਤਲਾਉਣ ਲੱਗ ਜਾਂਦੀ ਹੈ ਹੁਣ ਆਪਾਂ ਵੀ ਕਈ ਵਾਰੀ ਅਚਾਨਕ ਆਪਾਂ ਨੂੰ ਕੋਈ ਗੱਲ ਹੋਏ ਵੀ ਆਪਾਂ ਵੀ ਕਈ ਵਾਰੀ ਸਿੱਧੇ ਬੋਲਣੋਂ ਮੜਾ ਮੜਾ ਘਬਰਾ ਕੇ ਬੋਲਣ ਲੱਗ ਜਾਂਦੇ ਆ ਇਹ ਜਿਹੜਾ ਤਤਲਾ ਕੇ ਬੱਚਾ ਬੋਲਦਾ ਹੈ ਉਹਦਾ ਜਿਹੜਾ ਸਾਡਾ ਇਲਾਜ ਆ ਜੀ 100% ਸਕਸੈਸ ਆ ਜੇ ਕਿਸੇ ਦਾ ਬੱਚਾ ਤਤਲਾ ਕੇ ਬੋਲਦਾ ਕੋਈ ਬਹੁਤੀ ਮਹਿੰਗੀ ਦਵਾਈ ਨਹੀਂ ਮੈਂ ਪਹਿਲਾਂ ਕਲੀਅਰ ਕਰਨਾ ਚਾਹੁੰਦਾ ਵੀ ਕੋਈ ਮਹਿੰਗੀ ਦਵਾਈ ਨਹੀਂ ਹੈਗੀ ਬੱਚਾ ਤੁਹਾਨੂੰ 15 ਦਿਨ ਚ ਲੱਗੂਗਾ ਪਤਾ ਵੀ ਹਾਂ ਬੱਚਾ ਸਿੱਧਾ ਬੋਲਣ ਲੱਗ ਗਿਆ ਆਈਡੀਆ ਕਿੰਨਾ ਖਰਚਾ ਮੈਡੀਸਿਨ ਦਾ ਜੀ ਮੰਨ ਕੇ ਚੱਲੋ ਵੀ ਸਾਡੇ 750 ਰੁਪਿਆ ਦਵਾਈ 10-15 ਦਿਨ ਦੀ ਆ ਜਾਂਦੀ ਹੈ ਉਹ ਤੋਂ ਵੀ ਜੇ ਕੋਈ ਗਰੀਬ ਆ ਤਾਂ ਉਹਦੇ ਵੀ ਘੱਟ ਵੀ ਦੇ ਦਿੰਦੇ ਆ ਸਾਡੇ ਕੋਲ ਐ ਨਹੀਂ ਹੈਗਾ ਕੋਈ ਪੱਕਾ ਹੀ ਰੇਟ ਫਿਕਸ ਆ ਜੇ ਅਸੀਂ ਦੇਖੇ ਵੀ ਕੋਈ ਬੰਦਾ ਵਿਚਾਰਾ ਗਰੀਬ ਆਉਂਦਾ ਹੈ ਤਾਂ ਅਸੀਂ ਉਸ ਮੁਤਾਬਕ ਹੀ ਪੈਸੇ ਲੈ ਲੈਂਦੇ ਆ ਪਰ ਲਾਜ ਸਕਸੈਸ ਆ ਤਤਲਾਣ ਜਿਹੜਾ ਬੱਚਾ ਤੋਤਰਾ ਬੋਲਦਾ ਹੈ ਉਹਨਾਂ ਵਾਸਤੇ ਮੈਂ ਇੱਕ ਨੁਸਖਾ ਵੀ ਦੱਸ ਦਿੰਦਾ ਆ ਪਾਨ ਦੀ ਜੜ ਜਿਹੜੀ ਹੁੰਦੀ ਆ ਤੁਸੀਂ ਪੰਸਾਰੀ ਤੋਂ ਲੈ ਲਓ ਪਾਨ ਦੀ ਜੜ ਜੀ ਤੇ ਉਹਨੂੰ ਕੀ ਕਰਨਾ ਹੈ ਪਾਨ ਦੀ ਜੜ ਦੇ ਟੁਕੜੇ ਕਰ ਲਓ ਜੀ ਉਹਨੂੰ ਕੁੱਟਣਾ ਨਹੀਂ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਜਿਵੇਂ ਜੜ ਹੈਗੀ ਓਵੇਂ ਹੋਵੇ ਉਹਨੂੰ ਨਾ ਛੇਲਣਾ ਐ ਨਾ ਕੱਟਣਾ ਐ ਬੱਚੇ ਦੇ ਮੂੰਹ 'ਚ ਰੱਖ ਦੋ ਜਿੰਨਾ ਕਿ ਜਿਹੜਾ ਚੂਸਦਾ ਏ ਉਹਨੂੰ ਕਹਿਣਾ ਵੀ ਚਬਣਾ ਨਹੀਂ ਜੇ ਚਬੂਗਾ ਤਾਂ ਕਿਉਂ ਦੇ ਵਿੱਚ ਜਿਹੜੇ ਡੱਕੇ ਹੁੰਦੇ ਨੇ ਕਈ ਵਾਰੀ ਜ਼ਖਮ ਕਰ ਦਿੰਦੇ ਨੇ ਸਿਰਫ ਮੂੰਹ 'ਚ ਰੱਖ ਕੇ ਚੂਸਣੀ ਐ ਉਹ ਤੇ ਚੂਸਣ ਨਾਲ ਬੱਚਾ ਉਹਦੇ ਨਾਲ ਵੀ ਸਿੱਧਾ ਬੋਲਣ ਲੱਗ ਜਾਂਦੇ ਤੇ ਨਾਲ ਕੋਈ ਬ੍ਰੇਨ ਟੌਨਿਕ ਨੂੰ ਵਧੀਆ দাও ਜਿਸ ਨਾਲ ਉਹਦੀ ਦਿਮਾਗ ਜਿਹੜੀ ਦਿਮਾਗ ਦੀ ਪਾਵਰ ਵਧੇ ਇਲਾਜ ਮੈਂ ਦੱਸਦਾ ਵੀ ਜਿਹੜਾ ਸਕਸੈਸ ਆ ਉਹ ਅਸੀਂ ਸਾਡਾ ਹੰਡਾਇਆ ਹੋਇਆ ਕਿਉਂਕਿ ਕੁਝ ਫਾਰਮੂਲੇ ਦਰਸ਼ਕਾਂ ਦੇ ਵਾਸਤੇ ਗੱਲ ਹੁੰਦੀ ਨਹੀਂ ਹੈਗੀ ਤੇ ਜਿਹੜਾ ਮੈਂ ਸਾਡਾ ਫਾਰਮੂਲਾ ਜੀ ਬੱਚਾ ਤਤਲਾ ਕੇ ਬੋਲਦਾ ਹੋਵੇ ਬੇਫਿਕਰ ਹੋ ਜਿਓ ਸਿੱਧਾ ਬੋਲਣ ਲਾ ਦਾਂਗੇ ਆਪਾਂ ਸੋ ਮੈਂ ਦੱਸ ਦੇਣਾ ਚਾਹੁੰਨਾ ਜਸਟ ਵਿੱਚ ਚੈਨਲ ਦੇ ਦਰਸ਼ਕਾਂ ਨੂੰ ਇਹਨਾਂ ਦਾ ਜਿਹੜਾ ਸ਼ਾਰਟ ਫੇਮ ਨੇਮ ਚੱਲਦਾ ਹੈਗਾ ਬੀ ਕੇ ਵੈਦ ਜੈ ਸਿੰਘ ਵਾਲਾ ਪਿੰਡ ਹੈ ਬਾਗੇਪੁਰਾ ਨੇ ਦੇ ਨਜ਼ਦੀਕ ਪਿੰਡ ਹੈਗਾ ਇੱਕ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ 98726 ਪੂਰਾ 1005 ਤੇ ਦੂਸਰਾ ਨੰਬਰ 78149 58484 ਇਹ ਜਿਹੜੇ ਇਹਨਾਂ ਦੇ ਨੰਬਰ ਹੈ ਮੈਂ ਮੈਂਸ਼ਨ ਵੀ ਕਰਵਾ ਦੇਵਾਂਗੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਇਹਨਾਂ ਨੂੰ ਮਿਲ ਸਕਦੇ ਨੇ ਕਿਉਂਕਿ ਕਾਫੀ ਦੂਰ ਤੱਕ ਚਰਚੇ ਸੁਣ ਕੇ ਜਸਟਿਸ ਵੀ ਜਿਹੜਾ ਚੈਨਲ ਦੇ ਦਰਸ਼ਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਕਾਫੀ ਦੂਰ ਤੱਕ ਚਰਚੇ ਹੋਣ ਕਰਕੇ ਅੱਜ ਇਹ ਚਿਹਰਾ ਤੁਹਾਡੇ ਰੂਬਰੂ ਕੀਤਾ ਹੈ ਤੇ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋਗੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਕਰਕੇ ਕਿਸੇ ਗਰੀਬ ਦਾ ਭਲਾ ਕਰਵਾਉਗੇ ਕਾਫੀ ਇਹਨਾਂ ਦੀਆਂ ਬਿਮਾਰੀਆਂ ਜਿਹੜੀਆਂ ਮੈਂ ਨਾਮ ਲੈ ਦੇਣਾ ਚਾਹਣਾ ਇੱਕ ਸਿਹਤ ਨਾ ਬਾਨਾ ਸਰਵਾਈਕਲ ਹੋ ਗਿਆ ਕੈਸਟਰੋਲ ਵਧਣਾ ਬੀਪ ਵੇਖਿਆ ਜਾ ਰਿਹਾ ਕਿ ਕੇਸ ਆ ਰਹੇ ਨੇ ਕਮਰ ਦਰਦ ਠੀਕ ਆ ਬੱਚੇ ਦਾ ਤੋਤਲਾਪਨ ਬੇਔਲਾਦ ਠੀਕ ਹੈ ਜੀ ਲਕੋਰੀਆ ਠੀਕ ਹੈ ਮਹੀਨਾ ਨਾ ਆਉਣਾ ਇਹ ਨਾਰਮਲੀ ਗੱਲਾਂ ਨੇ ਠੀਕ ਹੈ ਕਹਿ ਲਓ ਮਟਾਪਾ ਜਾਂ ਪੇਟ ਵਧਣਾ ਥਾਇਰੋਇਡ ਪੁਰਾਣਾ ਨਜ਼ਲਾ ਜੁਕਾਮ ਜਿਵੇਂ ਆਪਾਂ ਕਹਿੰਦੇ ਨੇ ਕਾਫੀ ਪੁਰਾਣਾ ਜੁਕਾਮ ਹੈ ਇਹਨਾਂ ਕੋਲੇ ਸਾਰੀਆਂ ਦੇ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਇਲਾਜ ਹੁੰਦੇ ਨੇ ਜਿਵੇਂ ਸਰੀਰ 'ਚ ਗੰਡਾ ਹੋਣਾ ਕੈਂਸਰ ਦੇ ਨਾਲ ਦਸਤਾ ਹਾਜਮੇ ਦਾ ਠੀਕ ਹੈ ਸਵਾਦੀ ਇਸ ਦੇ ਨਾਲ ਕੋਲ ਚੂਰਨ ਮਿਲਦਾ ਹੈ ਤੇ ਕਿਉਂਕਿ ਜੇ ਗੱਲਾਂ ਕਰਾਂਗੇ ਵੀਡੀਓ ਕਾਫੀ ਵੱਡੀ ਹੋ ਜਾਣੀ ਹੈ ਇਸ ਕਰਕੇ ਮੈਂ ਦੱਸ ਦੇਣਾ ਚਾਹਣਾ ਦਰਦਾਂ ਦਾ ਇਹਨਾਂ ਕੋਲੇ ਸਪੈਸ਼ਲ ਤੇਲ ਮਿਲਦਾ ਹੈ ਧੁੰਨੀ ਦੇ ਤੇਲ ਦਾ ਵੀ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਵਾਲਾਂ ਦਾ ਤੇਲ ਵੀ ਇਹਨਾਂ ਕੋਲੇ ਖਾਸ ਮਿਲਦਾ ਹੈ ਗੰਜੇਪਣ ਲੋਕਾਂ ਵਾਸਤੇ ਉਹ ਵੀ ਮੈਂ ਦੱਸ ਦੇਣਾ ਚਾਹਣਾ ਚਿਹਰੇ ਨੂੰ ਨਿਖਾਰਨ ਵਾਲੀ ਪੇਸਟ ਹੈ ਇਹਨਾਂ ਕੋਲੇ ਠੀਕ ਹੈ ਜੀ ਅੱਜ ਤੱਕ ਜਿਹੜਾ ਦੇਖਿਆ ਜਵੇ ਕਿਲ ਕਾਫੀ ਲੋਕਾਂ ਦੇ ਮੂੰਹ ਦੇ ਤੇ ਜਿਵੇਂ ਕਿਲ ਛਾਈਆਂ ਪੈ ਜਾਂਦੀਆਂ ਨੇ ਉਹਨਾਂ ਦੀ ਵੀ ਦਵਾਈ ਇਹਨਾਂ ਕੋਲੋਂ ਮਿਲਦੀ ਹੈ ਸਦਾ ਸਦਾ ਜਵਾਨ ਰਹਿਣ ਦੀ ਦਵਾਈ ਕਹਿ ਲਓ ਠੀਕ ਹੈ ਜੀ ਉਹ ਵੀ ਇਹਨਾਂ ਕੋਲੋਂ ਮਿਲਦੀ ਹੈ ਦਿਮਾਗ ਨੂੰ ਤੇਜ਼ ਕਰਨ ਦੀ ਵੀ ਦਵਾਈ ਮਿਲਦੀ ਹੈ ਪਸ਼ੂਆਂ ਦਾ ਦੁੱਧ ਵਧਾਉਣ ਦੀ ਵੀ ਦਵਾਈ ਮਿਲਦੀ ਹੈ ਤੇ ਜਰੂਰ ਇਹਨਾਂ ਨੂੰ ਮਿਲ ਕੇ ਜੇ ਕਿਸੇ ਨੂੰ ਕਿਸ ਉਥੇ ਹੀ ਅੰਗਰੇਜ਼ੀ ਦਵਾਈਆਂ ਨੂੰ ਹੱਥ ਜੋੜ ਕੇ ਇੱਕ ਪਾਸੇ ਕਰਕੇ ਆਪਣੀ ਜਿਹੜੀ ਸਿਹਤ ਹੈ ਉਹ ਨਾ ਕਿ ਖਰਾਬ ਕਰੀਏ ਉਹਨੂੰ ਸਿਹਤਮੰਦ ਕਰੀਏ ਕਿਉਂਕਿ ਜਿਹੜੀਆਂ ਕਹਿ ਲਓ ਕਿ ਐਲੋਪੈਥਿਕ ਦਵਾਈਆਂ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੀਆਂ ਨੇ ਲੀਵਰਸ ਤੇ ਠੀਕ ਹੈ ਜੀ ਉਹਦੇ ਨਾਲ ਬਹੁਤ ਦਿੱਕਤ ਆਉਂਦੀ ਹੈ ਓਟਪੀਟੀ ਵਧਨੇ ਸ਼ੁਰੂ ਹੋ ਜਾਂਦੇ ਨੇ ਕਈ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਏਟ ਹੋਣ ਲੱਗ ਪੈਂਦੀਆਂ ਨੇ ਤੇ ਮੈਂ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬੀਕੇ ਵੈਜ ਜੀ ਦਾ ਨਾਮ ਜਿਹੜਾ ਸਾਰੀ ਦੁਨੀਆ ਦੇ ਵਿੱਚ ਵਾਇਰਲ ਕੀਤਾ ਜਾਏਗਾ ਤੇ ਇਹਨਾਂ ਕੋਲੋਂ ਜਿਹੜੇ ਆਉਂਦੇ ਜਾਂਦੇ ਲੋਕ ਨੇ ਉਹ ਠੀਕ ਹੋਣਗੇ ਪ੍ਰ ਸੁੰਦਰ ਸਿੰਘ ਜਸਟੀ ਵੀ ਚੈਨਲ ਤੋਂ ਜੀ